ਸਾਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਐਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ ਇਸ ਖਾਸ ਬੁਲੇਟਿਨ ਦੇ ਵਿੱਚ ਦੱਸਾਂਗੇ ਤੁਹਾਨੂੰ ਪੰਜਾਬ ਸਮੇਤ ਦੁਨੀਆ ਭਰ ਦੀਆਂ ਸਾਰੀਆਂ ਬੁੱਧਵਾਰ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਸ਼ੁਰੂਆਤ ਕਰਦੇ ਹਾਂ ਕੱਲ ਦੀ ਲੋਕ رائے ਦੇ ਨਤੀਜੇ ਤੋਂ ਕੱਲ ਦੀ ਲੋਕ رائے ਸੀ ਕਿ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਦੇ ਵੱਲੋਂ ਪੂਰੇ ਨਵੰਬਰ ਮਹੀਨੇ ਨੂੰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਰ ਦਿੱਤਾ ਗਿਆ ਤੇ ਪੰਜਾਬੀ ਮਾਂ ਵਜੋ ਮਨਾਉਣ ਦਾ ਫੈਸਲਾ ਲਿਆ ਗਿਆ ਹੈ ਤੁਸੀਂ ਇਸ ਫੈਸਲੇ ਦੇ ਨਾਲ ਕਿੰਨੇ ਇੱਕ ਸਹਿਮਤ ਹੋ ਕਿੰਨੇ ਇੱਕ ਖੁਸ਼ ਹੋ ਤਾਂ ਸਾਡੇ ਕਾਫੀ ਖੁਸ਼ ਨੇ ਪੰਜਾਬ ਸਰਕਾਰ ਦੇ ਸਲਾਨ ਦੇ ਨਾਲ ਜਦਕਿ 4% ਨੇ ਖੁਸ਼ੀ ਨਹੀਂ ਅੱਜ ਇਹ ਲੋਕ ਰਾਇਆ ਕਿ ਲੁਧਿਆਣਾ ਦੇ ਵਿੱਚ ਵੇਰਕਾ ਮਿਲਕ ਪਲਾਂਟ ਦੇ ਪ੍ਰੋਸੈਸਿੰਗ ਯੂਨਿਟ ਦੇ ਉਦਘਾਟਨ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਰਖਿਆ ਅਮਲੇ ਨੇ ਕਾਲੀਆਂ ਦਸਤਾਰਾਂ ਬਨ ਕੇ ਪਹੁੰਚੇ ਕਿਸਾਨਾਂ ਤੇ ਵੇਰਕਾ ਪਲਾਂਟ ਮੁਲਾਜ਼ਮਾਂ ਦੀਆਂ ਦਸਤਾਰਾਂ ਹੀ ਉਤਰਵਾ ਦਿੱਤੀਆਂ ਜਾਂ ਫਿਰ ਪ੍ਰੋਗਰਾਮ 'ਚ ਸ਼ਾਮਿਲ ਹੀ ਨਹੀਂ ਹੋਣ ਦਿੱਤਾ ਤੁਹਾਡੇ ਮੁਤਾਬਿਕ ਇਹ ਗਲਤ ਹੈ ਜਾਂ ਠੀਕ ਜੇ ਗਲਤ ਹੈ ਤਾਂ ਕਮੈਂਟ ਦੇ ਵਿੱਚ ਗਲਤ ਲਿਖ ਦਿਓ ਜੇ ਠੀਕ ਲੱਗਦਾ ਹੈ ਤੁਹਾਨੂੰ ਤਾਂ ਠੀਕ ਲਿਖ ਦਿਓ ਖਬਰਾਂ ਵਿਸਥਾਰ ਦੇ ਨਾਲ ਤੇ ਗੱਲ ਪਹਿਲਾਂ ਪੰਜਾਬ ਦੀ ਕਰਾਂਗੇ ਸਭ ਤੋਂ ਪਹਿਲੀ ਖਬਰ ਮਰਹੂਮ ਪੰਜਾਬੀ ਗਾਇਕ ਸੁਖਦੀਪ ਸਿੰਘ ਸਿੱਧੂ ਮੂਸੇ ਵਾਲੇ ਦੇ ਵੜੇ ਕਤਲ ਦੇ ਵਿੱਚ ਨਾਮਜ਼ਦ ਤੇ ਫਰਾਰ ਗੈਂਗਸਟਰ ਦੀਪਕ ਟੀਨੂ ਨੂੰ ਫਰਾਰ ਹੋਣ ਤੋਂ 17 ਦਿਨਾਂ ਬਾਅਦ ਆਖਰਕਾਰ ਰਾਜਸਥਾਨ ਦੇ ਅਜਮੇਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਇਹ ਗ੍ਰਿਫਤਾਰੀ ਪੰਜਾਬ ਪੁਲਿਸ ਨੇ ਨਹੀਂ ਬਲਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕੀਤੀ ਹੈ ਦਿੱਲੀ ਪੁਲਿਸ ਨੇ ਸੂਰਾਗ ਦੇ ਆਧਾਰ ਤੇ ਕੀਤੀ ਕਾਰਵਾਈ ਦੇ ਵਿੱਚ ਟੀਨੂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਮਾਨਸਾ ਤੋਂ ਫਰਾਰ ਹੋਇਆ ਸੀ ਅਜਮੇਰ ਜਾ ਕੇ ਗ੍ਰਿਫਤਾਰ ਹੋਇਆ ਪੰਜਾਬ ਪੁਲਿਸ ਦੇ ਲਈ ਇਹ ਦੋਰੀ ਕਿਰਕਰੀ ਹੈ ਪਹਿਲੀ ਤਾਂ ਪੁਲਿਸ ਦੀ ਗ੍ਰਫਤ ਵਿੱਚੋਂ ਹੀ ਗੈਂਗਸਟਰ ਦਾ ਫਰਾਰ ਹੋ ਜਾਣਾ ਤੇ ਪੁਲਿਸ ਅਧਿਕਾਰੀ ਦਾ ਹੀ ਇਸ ਫਰਾਰੀ ਵਿੱਚ ਸ਼ਾਮਿਲ ਹੋਣਾ ਤੇ ਦੂਜੀ ਕਿਰਕਰੀ ਪੰਜਾਬ ਪੁਲਿਸ ਮੋੜ ਕਾਬੂ ਕਰਨ ਦੇ ਵਿੱਚ ਫੇਲ ਸਾਬਿਤ ਹੋਈ ਹੈ ਹਰ ਵਾਰ ਦੀ ਤਰ੍ਹਾਂ ਦਿੱਲੀ ਪੁਲਿਸ ਮੋੜੀ ਰਹੀ ਹੈ 2 ਅਕਤੂਬਰ ਨੂੰ ਦੀਪਕ ਟੀਨੂ ਗੈਂਗਸਟਰ ਪੁਲਿਸ ਦੀ ਗ੍ਰਫਤ ਦੇ ਵਿੱਚੋਂ ਫਰਾਰ ਹੋ ਗਿਆ ਸੀ ਤੇ ਪੂਰੀ ਪਲੈਨਿੰਗ ਦੇ ਤਹਿਤ ਉਸ ਨੇ ਇਸ ਸਾਰੀ ਵਾਰਦਾਤ ਨੂੰ ਕਾਰਵਾਈ ਨੂੰ ਅੰਜਾਮ ਦਿੱਤਾ ਸੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਸੀਪੀਐਚਜੀਐਸ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੀਪਕ ਟੀਨੂ ਦੁਪਹਿਰ ਦੁਪਹਿਰੇ ਗ੍ਰਿਫਤਾਰ ਕੀਤਾ ਗਿਆ ਵਿਦੇਸ਼ ਭੱਜਣ ਦੀ ਫਰਾਕ ਦੇ ਵਿੱਚ ਸੀ ਪਾਸਪੋਰਟ ਵੀ ਉਹਨੇ ਤਿਆਰ ਕਰਵਾ ਲਿਆ ਸੀ ਪਰ ਪੁਲਿਸ ਦੀ ਸਖਤੀ ਕਰਕੇ ਭੱਜ ਨਹੀਂ ਸਕਿਆ ਉਹਨਾਂ ਦੱਸਿਆ ਕਿ ਉਹਦੇ ਕੋਲੋਂ ਪੰਜ ਗ੍ਰੇਨੇਡ ਤੇ ਦੋ ਵਧੀਆ ਕੁਆਲਿਟੀ ਵਾਲੇ ਸੈਮੀ ਆਟੋਮੈਟਿਕ ਪਿਸਤੌਲ ਵੀ ਮਿਲੇ ਨੇ ਉਸ ਦਾ ਰੋਹਿਤ ਗੁਦਾਰਾ ਤੇ ਜੈਕ ਨਾਲ ਸੰਪਰਕ ਸੀ ਜੋ ਵਿਦੇਸ਼ ਦੇ ਵਿੱਚ ਬੈ ਕੇ ਟੀਨੂ ਦੀ ਮਦਦ ਕਰ ਰਹੇ ਸਨ ਤੇ ਬਾਕੀ ਜਾਣਕਾਰੀ ਹਾਲੇ ਪੁਲਿਸ ਉਸ ਤੋਂ ਹਾਸਲ ਕਰੇਗੀ ਅੱਜ हमें ਬੜੀ ਸਕਸੈਸ ਮਿਲੀ ਜਦ ਦੀਪਕ ਟੀਨੂ ਕੋ ਕੇਕੜੀ अजमेर राजस्थान से अरेस्ट किया गया दोपहर को इसके प्रदर्शन से पांच ग्रनेड भी मिले हैं और दो अच्छी क्वालिटी के सेमी ऑटोमेटिक पिस्टल्स मिले हैं और इसकी प्रिलिमिनरी क्वेश्चनिंग से पता चला है कि रोहित गोदारा जो कि अजरबैजान में है और जैक जो कि अनमोल बिश्नोई का एसोसिएट है और रोहित गोदारा जो है ये संपद नेहरा का दोस्त है इन्होंने बाहर से बैठे बैठे इसको ਇਹ ਹਾਈ ਡਾਊਟਸ ਪ੍ਰੋਵਾਈਡ ਕਰਨੇ ਵਿੱਚ ਮਦਦ ਕਰੀ ਥੀ ਉਧਰ ਫਿਰੋਜ਼ਪੁਰ ਦੇ ਥਾਣਾ ਕੁਲਗੜੀ ਦੀ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਦੀਪਕ ਟੀਨੂ ਦੇ ਖਿਲਾਫ ਇੱਕ ਹੋਰ ਮਾਮਲਾ ਦਰਜ ਕੀਤਾ ਹੈ ਵਿਦੇਸ਼ੀ ਨੰਬਰਾਂ ਤੋਂ ਫੋਨ ਕਰਕੇ ਕਰੋੜਾਂ ਰੁਪਈਆ ਦੀ ਫਿਰੌਤੀ ਮੰਗਣ ਦੇ ਮਾਮਲੇ ਦੇ ਵਿੱਚ ਪਿੰਡ ਜੀਆ ਬੱਗਾ ਦੇ ਰਹਿਣ ਵਾਲੇ ਸੁਖਵੀਰ ਸਿੰਘ ਬਰਾੜ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਦੇ ਆਧਾਰ ਤੇ ਦੋਵਾਂ ਗੈਂਗਸਟਰਾਂ ਦੇ ਖਿਲਾਫ ਇੱਕ ਹੋਰ ਪਰਚਾ ਦਰਜ ਹੋ ਗਿਆ ਅਗਲੀ ਵੱਡੀ ਖਬਰ ਆਮ ਸਰਕਾਰ ਦੀ ਖਾਸ ਡਿਮਾਂਡ ਦੇ ਨਾਲ ਜੁੜੀ ਹੋਈ ਹੈ ਦਰਅਸਲ ਜਦੋਂ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਵਿੱਚ ਹੁੰਦੀ ਸੀ ਤਾਂ ਕਾਲੀ ਸਰਕਾਰਾਂ ਦੇ ਵੀਆਈਪੀ ਕਲਚਰ ਦੇ ਉੱਤੇ ਖਾਸ ਸਵਾਲ ਕੀਤੇ ਜਾਂਦੇ ਸੀ ਤਿੱਖੇ ਤੌਰ ਤੇ ਇਸ ਮੁੱਦੇ ਨੂੰ ਲੈ ਕੇ ਘੇਰਿਆ ਜਾਂਦਾ ਸੀ ਖਾਸ ਤੌਰ ਤੇ ਜਿਹੜੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਦੋਂ ਐਮਪੀ ਹੁੰਦੇ ਸੀ ਤਾਂ ਉਹ ਵੀਆਈਪੀ ਕਲਚਰ ਨੂੰ ਲੈ ਕੇ ਤਿੱਖਾ ਘੇਰਦੇ ਰਹਿੰਦੇ ਸੀ ਪਰ ਹੁਣ ਪੰਜਾਬ ਸਰਕਾਰ ਦੇ ਵੱਲੋਂ 1 ਸਾਲ ਦੇ ਲਈ 에ਅਰਕ੍ਰਾਫਟ ਕਿਰਾਏ ਤੇ ਲੈਂਡ ਦਾ ਫੈਸਲਾ ਲਿਆ ਗਿਆ ਤਾਂ ਵਿਰੋਧੀ ਧਿਰਾਂ ਨੇ ਵੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰ ਲਿਆ ਹੈ ਕਾਂਗਰਸ ਪਾਰਟੀ ਦੇ ਵਿਧਾਇਕ ਸੁਪਾਲ ਸਿੰਘ ਖਹਿਰਾ ਨੇ ਕੇਜਰੀਵਾਲ ਤੇ ਅਤੇ ਭਗਵੰਤ ਮਾਨ ਤੇ ਨਿਸ਼ਾਨਾ ਲਾਉਂਦੇ ਤਾਂ ਚ ਕਸਿਆ ਕਿ ਇੱਕ ਸਮਾਂ ਸੀ ਜਦੋਂ ਮਰੂਤੀ ਦੀ ਵੈਗਨ ਆਰ ਅਤੇ ਬਿਨਾ ਸੁਰੱਖਿਆ ਲੈਣ ਦਾ ਦੰਮ ਭਰਿਆ ਜਾਂਦਾ ਸੀ ਹੁਣ ਫਿਕਸ ਵਿੰਗ ਵਾਲੇ ਜਹਾਜ਼ ਲੀਜ਼ ਤੇ ਲਏ ਜਾ ਰਹੇ ਨੇ ਜਦ ਕਿ ਹੈਲੀਕਾਪਟਰ ਮੌਜੂਦ ਨੇ ਇਹ ਹੈ ਬਦਲਾ ਕਿ ਇਹ ਕੇਜੀਵਲ ਦੇ ਲਈ ਹੈ ਕਿਉਂਕਿ ਪੰਜਾਬ ਦੇ ਭੂਗੋਲ ਦੇ ਮੁਤਾਬਿਕ ਤਾਂ ਇਹਦੀ ਜ਼ਰੂਰਤ ਨਹੀਂ ਹੈ ਹਾਲਾਂਕਿ ਸਰਕਾਰ ਦੇ ਅਧਿਕਾਰੀ ਇਸ ਨੂੰ ਲੈ ਕੇ ਵੱਖਰਾ ਤਰਕ ਦੇ ਰਹੇ ਨੇ ਅਧਿਕਾਰੀਆਂ ਦਾ ਤਰਕ ਵੀ ਦੱਸ ਦਿੰਦੇ ਆ ਪਰ ਉਸ ਤੋਂ ਪਹਿਲਾਂ ਇਹ ਅਹਿਮ ਜਾਣਕਾਰੀ ਵੀ ਦੱਸ ਦਿੰਦੇ ਆ ਕਿ ਜਹਾਜ਼ ਲੀਜ਼ ਤੇ ਲੈਣ ਲਈ ਆਪ ਸਰਕਾਰ ਨੇ ਟੈਂਡਰ ਵੀ ਕੱਢ ਦਿੱਤੇ ਨੇ ਜਹਾਜ਼ ਕੰਪਨੀਆਂ ਨੂੰ 31 ਅਕਤੂਬਰ ਤੱਕ ਕੋਟੇ ਸਨਾ ਭੇਜਦੀ ਅਪੀਲ ਕੀਤੀ ਹੈ ਇਸ ਦਰਮਿਆਨ ਪੰਜਾਬ ਦੇ ਪ੍ਰਿੰਸੀਪਲ ਸਖਤਰ ਹਵਾਬਾਜ਼ੀ ਵਿਭਾਗ ਦੇ ਜਿਹੜੇ ਰਾਹੁਲ ਭੰਡਾਰੀ ਉਹਨਾਂ ਦਾ ਕਹਿਣਾ ਹੈ ਕਿ ਜਹਾਜ਼ ਲੈਣ ਦਾ ਫੈਸਲਾ ਕੋਈ ਵੀ ਨਵਾਂ ਨਹੀਂ ਹੈ ਇਸ ਤੋਂ ਪਹਿਲਾਂ 2008 ਤੱਕ ਪੰਜਾਬ ਦੇ ਕੋਲ ਆਪਣਾ ਜਹਾਜ਼ ਹੁੰਦਾ ਸੀ ਪਰ ਉਹ ਕ੍ਰੈਸ਼ ਹੋ ਗਿਆ ਸੀ ਜਿਸ ਤੋਂ ਬਾਅਦ 2012 ਦੇ ਵਿੱਚ ਤਤਕਾਲੀ ਅਕਾਲੀ ਸਰਕਾਰ ਨੇ ਤਕਰੀਬਨ 38 ਕਰੋੜ ਦਾ 5 ਸੀਟਾਂ ਵਾਲਾ ਹੈਲੀਕਾਪਟਰ ਖਰੀਦਿਆ ਸੀ ਜਿਦੇ ਵਿੱਚ 2 ਇੰਜਨ ਸਨ ਇਹ ਹੈਲੀਕਾਪਟਰ ਮੁੱਖ ਮੰਤਰੀ ਅਤੇ VIP ਲੋਕ ਆਪਣੀ ਵਰਤੋਂ ਦੇ ਵਿੱਚ ਲਿਆਉਂਦੇ ਸੀ ਪਰ ਹੁਣ ਲੋਡ ਮੁਤਾਬਕ ਸਰਕਾਰ ਨੇ ਇੱਕ ਵਾਰੀ ਮੋੜ ਤੋਂ ਜਹਾਜ਼ ਖਰੀਦਣ ਦੀ ਲੋੜ ਮਹਿਸੂਸ ਕੀਤੀ ਹੈ ਰਾਹੁਲ ਪੰਡਾਰੀ ਮੁਤਾਬਕ ਕਈ ਵਾਰੀ ਲੋਡ ਮੁਤਾਬਕ ਫਿਕਸਡ ਵਿੰਗ 에ਅਰਕ੍ਰਾਫਟ ਨੂੰ ਕਿਰਾਏ ਤੇ ਲਿਆ ਜਾਂਦਾ ਪਰ ਇਹ ਕਾਫੀ ਮਹਿੰਗਾ ਪੈਂਦਾ 18% ਦੀ GST ਨੂੰ ਛੱਡ ਕੇ ਇੱਕ ਘੰਟੇ ਦੇ ਲਈ ਜਹਾਜ਼ ਕਿਰਾਏ ਤੇ ਲੈਣ ਦਾ ਖਰਚਾ 1.5 ਤੋਂ 2 ਲੱਖ ਰੁਪਏ ਆਉਂਦਾ ਹੈ ਤੇ ਇਸ ਤੋਂ ਇਲਾਵਾ ਜਹਾਜ਼ ਦਿੱਲੀ ਹਵਾਈ ਅੱਡੇ ਤੇ ਹੋਰ ਸਥਾਨਾਂ ਤੇ ਤਨਾਤ ਹੋਣ ਦੀ ਵਜ੍ਹਾ ਕਰਕੇ ਚੰਡੀਗੜ੍ਹ ਇਹਦੇ ਪਹੁੰਚਣ ਦਾ ਇੰਤਜ਼ਾਰ ਕਰਨਾ ਪੈਂਦਾ ਸੀ ਇਸ ਕਰਕੇ ਸਰਕਾਰ ਨੂੰ ਖਰਚਾ ਵਾਧੂ ਪੈਂਦਾ ਸੀ ਤੇ ਜਹਾਜ਼ ਜ਼ਰੂਰਤ ਦੇ ਮੁਕਾਬਲ ਮੁਤਾਬਕ ਮਿਲਦਾ ਵੀ ਨਹੀਂ ਸੀ ਅਧਿਕਾਰੀ ਰਾਹੁਲ ਭੰਡਾਰੀ ਦੇ ਮੁਤਾਬਿਕ ਪੰਜਾਬ ਸਰਕਾਰ ਜਿਹੜਾ ਜਹਾਜ਼ ਲੀਜ਼ ਤੇ ਲਵੇਗੀ ਉਹਦੇ ਵਿੱਚ 10 ਯਾਤਰੀਆਂ ਦੇ ਬੈਠਣ ਦਾ ਪ੍ਰਬੰਧ ਹੋਏਗਾ ਇਹ ਇਹ ਚੰਡੀਗੜ੍ਹ ਦੇ ਕਮਾਂਤਰੀ ਹਵਾਈ ਅੱਡੇ ਤੇ ਹੀ ਮੌਜੂਦ ਰਹੇਗਾ ਜਿਹੜਾ ਕਿ ਹੁਣ ਸ਼ਹੀਦ ਭਗਤ ਸਿੰਘ ਹਵਾਈ ਅੱਡਾ ਹੋ ਗਿਆ ਹੈ ਸਰਕਾਰ ਦੇ ਵੱਲੋਂ ਜਾਰੀ ਨਿਰਦੇਸ਼ਾਂ ਦੇ ਵਿੱਚ ਇਹ ਵੀ ਸਾਫ਼ ਕੀਤਾ ਗਿਆ ਹੈ ਕਿ ਜਹਾਜ਼ ਕੰਪਨੀਆਂ ਨੂੰ ਡੀਜੀਸੀਏ ਵੱਲੋਂ ਜਾਰੀ ਵੀਆਈਪੀ ਉਡਾਣ ਦੇ ਲਈ ਸੁਰੱਖਿਆ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ ਦਰਅਸਲ ਭਗਵੰਤ ਮਾਨ ਜਦੋਂ ਮੁੱਖ ਮੰਤਰੀ ਬਣੇ ਸਨ ਤਾਂ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ 3 ਦਿਨਾਂ ਦੇ ਲਈ ਗੁਜਰਾਤ ਦੌਰੇ ਤੇ ਗਏ ਸਨ ਤਾਂ ਪ੍ਰਾਈਵੇਟ ਜਹਾਜ਼ ਦੀ ਵਰਤੋਂ ਕੀਤੀ ਗਈ ਸੀ ਹਰ ਮਿਲਪ ਸਿੰਘ ਗਰੇਵਾਲ ਨੇ ਆਰਟੀਆਈ ਰਾਹੀਂ ਜਾਣਕਾਰੀ ਕਢਵਾਈ ਸੀ ਕਿ ਉਸ ਫੇਰੀ ਦੇ ਉੱਤੇ 3 ਦਿਨਾਂ ਦੀ ਫੇਰੀ ਤੇ 44 ਲੱਖ ਜਾਸੀ 967 ਰੁਪਏ ਦੇ ਖਰਚਾ ਆਇਆ ਸੀ ਜਿਸ ਦਾ ਬਿੱਲ ਪੰਜਾਬ ਦੇ ਹਵਾ ਬਾਜ਼ੀ ਵਿਭਾਗ ਨੂੰ ਭੇਜਿਆ ਗਿਆ ਸੀ ਆਰਟੀਆਈ ਦੀ ਇਹ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਕਿਰਿਆ ਸੀ ਕਿਉਂਕਿ ਇਹ ਪਾਰਟੀ ਦਾ ਆਪਣਾ ਨਿੱਜੀ ਦੌਰਾ ਹੈ ਪਾਰਟੀ ਦਾ ਦੌਰਾ ਹੈ ਪਾਰਟੀ ਆਪਣਾ ਪ੍ਰਚਾਰ ਕਰਨ ਦੇ ਲਈ ਗੁਜਰਾਤ ਜਾ ਰਹੀ ਹੈ ਪੰਜਾਬੀਆਂ ਨੂੰ ਆਪਣੇ ਮੁੱਖ ਮੰਤਰੀ ਨੂੰ ਪ੍ਰਚਾਰ ਕਰਨ ਦੇ ਵਾਸਤੇ ਗੁਜਰਾਤ ਭੇਜਣ ਦੀ ਕੋਈ ਲੋੜ ਨਹੀਂ ਹੈ ਨਾ ਹੀ ਖਜ਼ਾਨੇ 'ਚੋਂ ਖਰਚਾ ਕੀਤਾ ਜਾ ਸਕਦਾ ਹੈ ਪਾਰਟੀ ਆਪਣੇ ਪੱਧਰ ਤੇ ਖਰਚਾ ਕਰ ਸਕਦੀ ਹੈ ਪਰ ਇਹ ਖਰਚਾ ਪੰਜਾਬ ਦੇ ਸਰਕਾਰ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਭੇਜਿਆ ਗਿਆ ਸੀ ਖੈਰ ਇਸੇ ਕਰਕੇ ਹੀ ਹੁਣ ਸਵਾਲ ਉੱਠਦੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਮੰਗਾਂ ਖਾਸ ਕਿਉਂ ਨੇ ਪੰਜਾਬ ਦੇ ਸਾਬਕਾ ਮੰਤਰੀ ਤੇ ਭਾਜਪਾ ਲੀਡਰ ਸੁੰਦਰ ਸ਼ਾਮ अरोड़ा ਦੀ ਟਰੈਪ ਕਰਕੇ ਗ੍ਰਿਫਤਾਰੀ ਕੀਤੇ ਜਾਣ ਤੋਂ ਬਾਅਦ ਵਿਜੀਲੈਂਸ ਦੇ ਅਧਿਕਾਰੀ ਏਆਈਜੀ ਮਨਮੋਨ ਕੁਮਾਰ ਦੀ ਖਾਸੀ ਵਾਵਾ ਹੋ ਰਹੀ ਹੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਉਹਨਾਂ ਦੀ ਪਿੱਠ ਥਾਪੜੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਚੰਡੀਗੜ੍ਹ ਵਾਲੀ ਰਿਹائش ਤੇ ਏਆਈਜੀ ਮਨਮੋਨ ਕੁਮਾਰ ਦੇ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਤੁਹਾਡੇ ਵਰਗੇ ਇਮਾਨਦਾਰ ਅਫਸਰਾਂ ਦੀ ਪੰਜਾਬ ਨੂੰ ਲੋੜ ਹੈ ਏਆਈਜੀ ਨੇ ਬਾਹਰ ਆ ਕੇ মিডিਆ ਨੂੰ ਜਦੋਂ ਬਾਈਟ ਦਿੱਤੀ ਤਾਂ ਦੱਸਿਆ ਕਿ ਮੁੱਖ ਮੰਤਰੀ ਨੇ ਵਿਜੀਲੈਂਸ ਨੂੰ ਪੰਜਾਬ ਦੇ ਵਿੱਚ ਕੰਮ ਕਰਨ ਦੀ ਪੂਰੀ ਆਜ਼ਾਦੀ ਦਿੱਤੀ ਹੈ ਜੀਮ ਸਾਹਿਬ ਨੇ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਮੈਨੂੰ ਬੜੀ ਖੁਸ਼ੀ ਹੋਈ ਮਾਨ ਬੜੀ ਮਾਨਵਲੀ ਗੱਲ ਹੈ ਸਾਰਿਆਂ ਤੋਂ ਮੈਨੂੰ ਇਨਾ ਮਾਨਤ ਕੀਤਾ ਤੇ ਸਾਡੇ ਡੀਜੀ ਸਰ ਵੀਰਿੰਦਰ ਕੁਮਾਰ ਸਰ ਇਹਨਾਂ ਵੱਲੋਂ ਵੀ ਮੈਨੂੰ ਬਹੁਤ ਅਸ਼ੀਰਵਾਦ ਮਿਲਿਆ ਤੇ ਅੱਗੇ ਤੋਂ ਵੀ ਮੈਸੇਜ ਜੋ ਚੀਜ਼ ਇਹ ਹੁਣ ਅਡਾਪਟ ਕੀਤਾ ਸਿਸਟਮ ਅਸੀਂ ਕਰ ਰਹੇ ਹਾਂ ਵਿਜੀਲੈਂਸ ਵੱਲੋਂ ਇਹੀ ਚੀਜ਼ ਅਸੀਂ ਅੱਗੇ ਲੈ ਕੇ ਆਵਾਂਗੇ ਕ੍ਰਾਪਸ਼ਨ ਫ੍ਰੀ ਜੋ ਸਰਕਾਰ ਵੱਲੋਂ ਸਾਨੂੰ ਡਾਇਰੈਕਸ਼ਨ ਆ ਉਹ ਇਦਾਂ ਹੀ ਚੱਲੂਗਾ ਵਿਜੀਲੈਂਸ 'ਚ ਤੇ ਅੱਗੇ ਤੋਂ ਵੀ ਤੁਹਾਨੂੰ ਇਹ ਚੀਜ਼ ਮਿਲੂਗੀ ਕਾਂਗਰਸ ਪਾਰਟੀ ਨੂੰ 24 ਸਾਲਾਂ ਬਾਅਦ ਗਾਂਧੀ ਪਰਿਵਾਰ ਤੋਂ ਬਿਨਾਂ ਕੋਈ ਨਵਾਂ ਪ੍ਰਧਾਨ ਮਿਲਿਆ ਹੈ ਨਵਾਂ ਪ੍ਰਧਾਨ ਕਾਂਗਰਸ ਦਾ ਕੌਮੀ ਪ੍ਰਧਾਨ ਮਲਿਕਾ ਅਰਜਨ ਖੜਗੇ ਨੂੰ ਚੁਣ ਲਿਆ ਗਿਆ ਹੈ ਖੜਗੇ ਪਾਰਟੀ ਪ੍ਰਧਾਨ ਦੀ ਚੋਣ ਜਿੱਤ ਗਏ ਨੇ ਅਤੇ 24 ਸਾਲਾਂ ਬਾਅਦ ਗਾਂਧੀ ਪਰਿਵਾਰ ਤੋਂ ਬਾਹਰਲਾ ਕੋਈ ਲੀਡਰ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦਾ ਪ੍ਰਧਾਨ ਚੁਣਿਆ ਗਿਆ ਹੈ ਕੁੱਲ 900 ਕੁੱਲ 9385 ਵੋਟਾਂ ਪਈਆਂ ਸੀ ਜਿਨ੍ਹਾਂ ਦੇ ਵਿੱਚੋਂ ਖੜਗੇ ਨੂੰ 7897 ਵੋਟਾਂ ਪਈਆਂ ਕਾਫੀ ਲੀਡ ਤੇ ਉਹ ਜਿੱਤੇ ਨੇ ਸ਼ਸ਼ੀ ਥਰੂ ਸਿਰਫ 1072 ਵੋਟਾਂ ਪਈਆਂ ਜਦਕਿ 416 ਵੋਟਾਂ ਰੱਦ ਵੀ ਹੋ ਗਈਆਂ ਇਸ ਦਰਾਨਾ ਥਰੂਰ ਨੇ ਹਾਰ ਕਬੂਲੀ ਖੜਗੇ ਨੂੰ ਵਧਾਈ ਦਿੱਤੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੀ ਨਵੇਂ ਚੁਣੇ ਗਏ ਪਾਰਟੀ ਪ੍ਰਧਾਨ ਖੜਗੇ ਦੇ ਘਰ ਪਹੁੰਚੇ ਤੇ ਉਹਨਾਂ ਨੂੰ ਵਧਾਈ ਦਿੱਤੀ ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਸੋਨੀਆ ਗਾਂਧੀ ਦਾਸ ਰਾਜਾ ਜੀ ਮਾਰਗ ਸਥਿਤ ਖੜਗੇ ਦੀ ਰਿਹائش ਤੇ ਪਹੁੰਚੇ ਉਹਨਾਂ ਦੇ ਨਾਲ ਪਾਰਟੀ ਦੀ ਜਨਰਲ ਸਕੱਤਰ ਪ੍ਰਿਆੰਕਾ ਗਾਂਧੀ ਵਾਡਰਾ ਵੀ ਮੌਜੂਦ ਸਨ ਰਾਹੁਲ ਗਾਂਧੀ ਇਸ ਵਕਤ ਭਾਰਤ ਜੋੜੋ ਯਾਤਰਾ ਤੇ ਲੰਗੇ ਹੋਏ ਨੇ ਉਹਨਾਂ ਨੂੰ ਉੱਥੇ ਹੀ ਜਿੱਥੇ ਉਹ ਮੌਜੂਦ ਸਨ ਪੱਤਰਕਾਰਾਂ ਨੇ ਸਵਾਲ ਪੁੱਛਿਆ ਕਿ ਹੁਣ ਤੁਹਾਡੀ ਪਾਰਟੀ ਦੇ ਵਿੱਚ ਕੀ ਭੂਮਿਕਾ ਰਹੇਗੀ ਤਾਂ ਉਹਨਾਂ ਨੇ ਕਿਹਾ ਕਿ ਜੋ ਪਾਰਟੀ ਪ੍ਰਧਾਨ ਖੜਗੇ ਮੇਰੀ ਡਿਊਟੀ ਲਾਉਣਗੇ ਉਹ ਮੈਂ ਸੰਭਾਵਾਂਗਾ ਹਾਲਾਂਕਿ ਵੋਟਾਂ ਦੀ ਗਿਣਤੀ ਦੌਰਾਨ ਸ਼ਸ਼ੀ ਥਰੂਦੀ ਟੀਮ ਨੇ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਚੋਣ ਦੌਰਾਨ ਵੋਟਾਂ ਦੀ ਗਿਣਤੀ ਦੌਰਾਨ ਉੱਤਰ ਪ੍ਰਦੇਸ਼ ਦੇ ਵਿੱਚ ਬਹੁਤ ਗੰਭੀਰ ਬੇਨਿਯਮੀਆਂ ਦਾ ਮੁੱਦਾ ਚੁੱਕਦੇ ਹੋਏ ਕਾਂਗਰਸ ਦੀ ਪ੍ਰਮੁੱਖ ਅਥਾਰਟੀ ਨੂੰ ਚਿੱਠੀ ਵੀ ਲਿਖੀ ਟੀਮ ਨੇ ਕਿਹਾ ਕਿ ਯੂਪੀ ਦੇ ਵਿੱਚ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਪਈਆਂ ਸਾਰੀਆਂ ਵੋਟਾਂ ਨੂੰ ਅਯੋਗ ਕਰਾ ਦਿੱਤਾ ਜਾਣਾ ਚਾਹੀਦਾ ਹੈ ਥਰੂਰ ਦੀ ਟੀਮ ਨੇ ਉੱਤਰ ਪ੍ਰਦੇਸ਼ ਤੋਂ ਇਲਾਵਾ ਪੰਜਾਬ ਤੇ ਤੇਲੰਗਾਨਾ ਦੇ ਵਿੱਚ ਚੋਣਾਂ ਦੌਰਾਨ ਗੰਭੀਰ ਸਮੱਸਿਆਵਾਂ ਦਾ ਮਸਲਾ ਚੁੱਕਿਆ ਕੇਂਦਰ ਸਰਕਾਰ ਦੇ ਵੱਲੋਂ ਮੰਗਲਵਾਰ ਨੂੰ ਹਾੜੀ ਦੀਆਂ 6 ਫਸਲਾਂ ਦੇ ਘੱਟੋ-ਘ ਨੇ ਨਿਗੂਣਾ ਕਰਾਰ ਦਿੰਦਿਆਂ ਕੇਂਦਰ ਸਰਕਾਰ ਦੇ ਵਿਰੁੱਧ ਉਸ ਮੁਜ਼ਾਰੇ ਵਿੱਡ ਦਿੱਤੇ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ 25 ਥਾਵਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੁਕੇਗੇ ਕਿਸਾਨ ਲੀਡਰ ਸਰਵਣ ਸਿੰਘ ਭਦੇਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੁਝ ਦਾਲਾਂ ਅਤੇ ਕਣਕ ਦੀ ਐਮਐਸਪੀ ਦੇ ਵਿੱਚ ਕੀਤਾ ਗਿਆ ਵਾਅਦਾ ਇੱਕ ਮਜ਼ਾਕ ਹੈ ਜਿਸ ਤਰੀਕੇ ਦੇ ਨਾਲ ਖੇਤੀਬਾੜੀ ਚਾਉਣ ਵਾਲੇ ਖਰਚੇ ਵਧੇ ਨੇ ਉਸ ਦੇ ਮੁਕਾਬਲੇ ਇਹ ਨਿਗੂਣਾ ਵਾਅਦਾ ਹੈ ਉਹਨਾਂ ਨੇ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਰੇਟ ਤੈਅ ਕਰਨ ਅਤੇ ਐਮਐਸਪੀ ਉੱਤੇ ਖਰੀਦ ਦੀ ਗਰੰਟੀ ਕਾਨੂੰਨੀ ਬਣਾਉਣ ਦੀ ਮੰਗ ਕੀਤੀ ਇਸ ਦੇ ਨਾਲ ਹੀ ਉਹਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਅਗਲੀ ਰਣਨੀਤੀ ਜਲਦ ਐਲਾਨੀ ਜਾਵੇਗੀ। ਕੱਲ ਕੇਂਦਰ ਸਰਕਾਰ ਨੇ ਐਮਐਸਪੀ 'ਚ ਵਾਧਾ ਕੀਤਾ ਵਾ। ਉਹ ਵਾਧਾ ਬਹੁਤ ਥੋੜਾ ਹੈਗਾ ਵਾ। ਜਿਹੜੇ ਦਾਅਵੇ ਅਨੁਰਾਗ ਠਾਕੁਰ ਜੀ ਕਰ ਰਹੇ ਆ ਕਿ ਅਸੀਂ ਇੰਨੇ ਪਰਸੈਂਟ ਵਾਅਦਾ ਕੀਤਾ ਆ ਕੀਤਾ। ਉਹ ਮਸਲੇ ਵੀ ਸਾਡੇ ਸਾਹਮਣੇ ਹੈਗੇ ਆ ਤਾਂ ਕਿਉਂਕਿ ਚਾਹੇ ਉਹ ਜੌਂ ਦਾ ਰੇਟ ਵਧਾਇਆ ਚਾਹੇ ਉਹ ਸਰੋਂ ਦਾ ਰੇਟ ਵਧਾਇਆ ਚਾਹੇ ਉਹਦੇ ਨਾਲ ਛੋਲਿਆਂ ਦਾ ਰੇਟ ਵਧਾਏ ਆ ਇਹਨਾਂ ਫਸਲਾਂ ਦਾ ਨਾ ਤਾਂ ਦੇਸ਼ ਨੂੰ ਤੇ ਨਾ ਪੰਜਾਬ ਨੂੰ ਕੋਈ ਫਾਇਦਾ ਹੈਗਾ ਕਿਉਂ ਕਰਕੇ ਕਿਉਂਕਿ ਇਹਨਾਂ ਦੀ ਮੰਡੀ 'ਚ ਖਰੀਦ ਹੀ ਨਹੀਂ ਹੁੰਦੀ ਹੈਗੀ ਤਾਂ ਉਹਨਾਂ ਦੀ ਖਰੀਦ ਕੱਲੀ ਕਣਕ ਦੀ ਹੈਗੀ ਹੁਣ ਕਣਕ ਦੇ 110 ਰੁਪਏ ਵਧਾਏ ਗਏ ਆ ਮੈਨੂੰ ਨਹੀਂ ਲੱਗਦਾ ਵੀ ਇਹਦੇ ਨਾਲ ਕਿਸਾਨਾਂ ਦੇ ਡੀਜ਼ਲ ਦਾ ਖਰਚ ਖਾਦਾਂ ਦੇ ਖਰਚ ਬੀਜ ਦਾ ਖਰਚ ਲੇਬਰ ਦਾ ਖਰਚ ਤੇ ਖੇਤੀ ਮਸ਼ੀਨਰੀ ਦੇ ਖਰਚੇ ਇੱਕ ਸਾਲ ਦੇ ਵੀ ਪੂਰੇ ਹੋਣਗੇ ਇਸ ਦੇ ਨਾਲ ਹੀ ਕਿਸਾਨਾਂ ਨੇ ਦੋ ਹੋਰ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਅਰਥੀਆਂ ਵੀ ਫੂਕੀਆਂ ਅਤੇ ਦਸੂਹਾ ਥਾਣੇ ਦੇ ਮੂਹਰੇ 17 ਅਕਤੂਬਰ ਤੋਂ ਚੱਲ ਰਿਹਾ ਤਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਹੈ ਦਸੂਹੇ ਤਰਨਾ ਲੱਗਾ ਉੱਥੇ ਜਿਹੜੀ ਇੱਕ ਕਿੱਲਾ ਜ਼ਮੀਨ ਆ ਜਿਹੜਾ ਉੱਥੋਂ ਦਾ ਵਿਧਾਇਕ ਘੁੰਮਣ ਆ ਉਹਨੇ ਨੱਪੀ ਹੋਈ ਆ ਤੇ ਦੂਜਾ ਦਿਨ ਹੋ ਗਿਆ ਤਰਨੇ ਦਾ ਅਰਮਾਨ ਸਰਕਾਰ ਦੇ ਐਮਐਲਏ ਜਿਹੜੀਆਂ ਜ਼ਮੀਨਾਂ ਧੱਕੇ ਨਾਲ ਨੱਪ ਰਏ ਨੇ ਉਹਦਾ ਇਨਸਾਫ ਲੈਣਾ ਵਾ ਇੱਕ ਜੰਮੂ ਕਟੜਾ ਹਾਈਵੇ ਜਿੱਥੇ ਅਸੀਂ ਭੈਣੀ ਗਿਲਚ ਪਿੰਡ 'ਚ ਖੜੇ ਆਂ ਇੱਥੇ ਕਿਸਾਨ ਹੈਗਾ ਹਰਜਿੰਦਰ ਸਿੰਘ ਇਹਦੀ ਸਾਢੇ 3 ਕਿੱਲੇ ਜ਼ਮੀਨ ਆ ਜਿਹਦਾ ਅਵਾਰਡ ਦਿੱਤਾ ਹੀ ਨਹੀਂ ਹੈਗਾ ਪੈਸੇ ਕਿਸਾਨ ਨੂੰ ਪਾਏ ਨਹੀਂ ਧੱਕੇ ਨਾਲ ਕਬਜ਼ਾ ਕੀਤਾ ਜਿਹੜਾ ਜਿਹੜੇ ਹੋਰ ਕਿਸਾਨ ਆ ਜਾਂ ਪਾਣੀ ਦੇ ਲਾਂਗੇ ਦੀ ਸਮੱਸਿਆ ਉਹ ਸਮੱਸਿਆ ਨੂੰ ਲੈ ਕੇ ਵੀ ਅਸੀਂ ਅਰਥੀ ਫੁਕੀ ਹੈਗੀ ਆ ਲੁਧਿਆਣਾ ਦੇ ਵਿੱਚ ਵੇਰਕਾ ਮਿਲਕ ਪਲਾਂਟ ਦੇ ਅਪਗ੍ਰੇਡੇਸ਼ਨ ਦੇ ਨਾਲ ਨਾਲ ਆਟੋਮੇਟਿਡ ਮਿਲਕ ਪ੍ਰੋਸੈਸਿੰਗ ਪਲਾਂਟ ਅਤੇ ਬਟਰ ਪਲਾਂਟ ਦਾ ਉਦਘਾਟਨ ਕਰਨ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਲੀ ਦੇ ਵਿੱਚ ਵੀ ਵੇਰਕਾ ਮਿਲਕ ਪਲਾਂਟ ਖੋਲੇ ਜਾਂਦਾ ਐਲਾਨ ਕੀਤਾ ਉਹਨਾਂ ਕਿਹਾ ਕਿ ਵੇਰਕਾ ਦਾ ਪਲਾਂਟ ਦਿੱਲੀ ਦੇ ਵਿੱਚ ਖੋਲਿਆ ਜਾਏਗਾ ਇੱਥੇ ਵੇਰਕਾ ਦੇ ਬੂਥ ਲਾਏ ਜਾਣਗੇ ਇਸ ਸਬੰਧ ਵਿੱਚ ਦਿੱਲੀ ਦੀ ਸਰਕਾਰ ਦੀ ਮਨਜ਼ੂਰੀ ਮਿਲ ਚੁੱਕੀ ਹੈ ਵਿਦੇਸ਼ਾਂ ਦੇ ਵਿੱਚ ਵੀ ਮਾਰਕਫੈਟ ਦੇ ਉਤਪਾਦਾਂ ਉਤਪਾਦਨ ਦੀ ਸਪਲਾਈ ਹੈ ਜਿਹੜੀ ਉਹ ਵਧਾਈ ਜਾਵੇਗੀ ਗੱਲਬ ਰਹੀ ਲੁਧਿਆਣਾ ਦੇ ਮਿਲਕ ਤੇ ਬਟਰ ਪਲਾਂਟ ਬਾਰੇ ਸੀਐਮ ਨੇ ਜਾਣਕਾਰੀ ਦਿੱਤੀ ਕਿ 105 ਕਰੋੜ ਦੀ ਲਾਗਤ ਨਾਲ ਬਣਿਆ ਇਹ ਮਿਲਕ ਪਲਾਂਟ ਰੋਜ਼ਾਨਾ 9 ਲੱਖ ਲੀਟਰ ਦੁੱਧ ਪ੍ਰੋਸੈਸਿੰਗ ਕਰਨ ਦੀ ਸਮਰੱਥਾ ਰੱਖਦਾ ਹੈ ਦਿੱਲੀ ਨਾਲ ਗੱਲ ਕੀਤੀ ਹੈ ਦਿੱਲੀ ਸਰਕਾਰ ਆਵਾਮ ਦੀ ਪਾਰਟੀ ਦੀ ਐਸ ਵਕਤ 30000 ਲੀਟਰ ਸਿਰਫ 30000 ਲੀਟਰ ਦੁੱਧ ਜਾਂਦਾ ਦਿੱਲੀ ਨੂੰ ਅਸੀਂ ਉੱਥੇ ਵੇਰਕਾ ਦਾ ਹੈੱਡ ਆਫਿਸ ਖੋਲਾਂਗੇ ਦਿੱਲੀ ਅਸੀਂ ਸਰਕਾਰ ਤੋਂ ਲਿਖ ਕੇ ਮੰਗ ਕੀਤੀ ਹੈ ਤੇ ਉਹਨਾਂ ਨੇ ਮੰਨ ਵੀ ਲਈ ਹੈ ਦਿੱਲੀ ਦੇ ਵਿੱਚ ਵੇਰਕਾ ਦੇ ਜਗਾ ਜਗਾ ਬੂਥ ਖੁੱਲਣਗੇ ਅਸੀਂ ਦਿੱਲੀ ਦੇ ਵਿੱਚ ਪੰਜਾਬ ਚੋਂ ਕਟੋ-ਕਟ 2 ਲੱਖ ਲੀਟਰ ਡੈਲੀ ਦੀ ਅਸੀਂ ਜਿਹੜੀ ਹੈ ਕੈਪੈਸਟੀ ਕਰਨੀ ਚਾਹੁੰਦੇ ਹਾਂ ਅਮਰੀਕਾ ਕੈਨੇਡਾ ਸਾਡੀ ਗੱਲ ਚੱਲ ਰਹੀ ਹੈ ਅਮਰੀਕਾ ਕੈਨੇਡਾ ਚ ਵੀ ਵੇਰਕਾ ਦੇ ਮਿਲਕਫੈਟ ਦੇ ਬਣੇ ਹੋਏ ਪ੍ਰੋਡਕਟ ਜਾਣਗੇ ਅਮਰੀਕਾ ਕੰਨੜਾ ਵਿੱਚ ਬਹੁਤ ਸਾਰੇ ਆਪਣੇ ਦੋਸਤ ਮਿੱਤਰ ਰਹਿੰਦੇ ਨੇ ਤੁਹਾਡੇ ਬਹੁਤ ਸਾਰੇ ਰਿਸ਼ਤੇਰ ਹੋਣਗੇ ਤੁਸੀਂ ਉਹਨਾਂ ਨੂੰ ਪੁੱਛ ਲਿਓ ਜਦੋਂ ਉਹ ਵੈਨਕੂਵਰ ਟ੍ਰਾਂਟੋ ਕੈਲਗਰੀ ਐਡਮਿੰਟਨ ਵਿਨੇਪੈਗ ਬ੍ਰੈਂਟਨ ਕੈਲੀਫੋਰਨੀਆ ਸ਼ਿਕਾਗੋ ਦੇ ਵਿੱਚ ਕਿਸੇ ਵਾਲਮਾਰਟ ਤੇ ਕਿਸੇ ਕੌਨਸਕੋ ਤੇ ਜਾਂ ਕਿਸੇ ਸੁਪਰਸਟੋਰ ਤੇ ਕੋਈ ਸਮਾਨ ਲੈਣ ਜਾਂਦੇ ਨੇ ਜੇ ਕਿਸੇ ਚੀਜ਼ ਤੇ ਪੰਜਾਬ ਲਿਖਿਆ ਹੋਵੇ ਬਿਨਾ ਰੇਟ ਪੁੱਛਿਆ ਐਂ ਤਰ ਲੈਂਦੇ ਨੇ ਆਪਣੀ ਕਾਰਟ ਦੇ ਵਿੱਚ ਵੀ ਪੇਕਿਆਂ ਤੋਂ ਆਈ ਹੋਈ ਚੀਜ਼ ਐ ਪੇਕਿਆਂ ਤੋਂ ਇਸ ਮੌਕੇ ਸੰਬੋਧਨ ਕਰਦੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਬਜਾਦਾ ਅਜੀਤ ਸਿੰਘ ਨਗਰ ਮੁਹਾਲੀ ਹਵਾਈ ਅੱਡੇ ਦਾ ਨਾਮ ਬਦਲ ਕੇ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਰੱਖੇ ਜਾਣ ਨੂੰ ਆਪਣੀ ਸਰਕਾਰ ਦੀ ਇੱਕ ਵੱਡੀ ਪ੍ਰਾਪਤੀ ਦੱਸਿਆ ਹੈ ਹਾਲਾਂਕਿ ਹਵਾਈ ਅੱਡੇ ਦੇ ਨਾਮ ਦੇ ਵਿੱਚੋਂ ਪੰਜਾਬ ਦਾ ਨਾਮੋ ਨਿਸ਼ਾਨ ਗਾਇਬ ਕੀਤੇ ਜਾਣ ਤੇ ਵਿਰੋਧੀ ਪਾਰਟੀਆਂ ਨੇ ਆਪ ਸਰਕਾਰ ਦੀ ਚੰਗੀ ਖਿਚਾਈ ਵੀ ਕੀਤੀ ਸੀ ਤੇ ਇਸ ਮੌਕੇ ਮੁੱਖ ਮੰਤਰੀ ਨੇ ਆਪਣਾ ਇੱਕ ਹੋਰ ਐਲਾਨ ਵੀ ਦੁਹਰਾਇਆ ਕਿ ਲੁਧਿਆਣਾ ਦੇ ਹਲਵਾ ਏਅਰਪੋਰਟ ਦਾ ਨਾਮ ਵੀ ਬਦਲ ਕੇ ਸ਼ਹੀਦ ਕਰਤਾਰ ਸਿੰਘ ਸਰਾਬਾ ਦੇ ਨਾਮ ਤੇ ਰੱਖਿਆ ਜਾਊਗਾ ਇੱਕ ਹੋਰ ਕੰਮ ਕੀਤਾ ਹੈ ਜਿਹੜਾ ਮੁਹਾਲੀ ਵਾਲਾ ਏਅਰਪੋਰਟ ਹੈ ਉਹਦਾ ਨਾਮ ਸ਼ਹੀਦ ਦੇ ਆਜ਼ਮ ਭਗਤ ਸਿੰਘ ਉਹਨਾਂ ਦੇ ਨਾਮ ਤੇ ਰੱਖਿਆ ਗਿਆ ਤੇ ਹੁਣ ਸਾਡਾ ਅਗਲਾ ਟਾਰਗੇਟ ਹਲਵਾਰੇ ਵਾਲਾ ਹਲਵਾਰੇ ਵਾਲੇ ਏਅਰਪੋਰਟ ਦਾ ਨਾਮ ਵੀ ਕਰਤਾਰ ਸਿੰਘ ਸਰਾਬਾ ਸਾਹਿਬ ਦੇ ਨਾਮ ਤੇ ਰੱਖਿਆ ਜਾਵੇਗਾ ਇਦੋਂ ਵੱਡੀ ਕੋਈ ਗੱਲ ਨਹੀਂ ਐਸਵਾਈਐਲ ਦੇ ਮੁੱਦੇ ਤੇ ਵਿਰੋਧੀਆਂ ਦੇ ਵੱਲੋਂ ਲਗਾਤਾਰ ਘੇਰੇ ਜਾਣ ਤੋਂ ਖਿਜੇ ਸੀਐਮ ਨੇ ਇਸ ਮੁੱਦੇ ਤੇ ਵੀ ਜੰਮ ਕੇ ਪੜਾਅ ਸਕੱਢੀ ਤੇ ਉਲਟਾ ਸਵਾਲ ਚੱਕਣ ਵਾਲੇ ਵਿਰੋਧੀਆਂ ਨੂੰ ਹੀ ਕੋਸਿਆ ਮਾਨ ਨੇ ਪੱਲਾ ਝਾੜਦਿਆਂ ਕਿਹਾ ਕਿ ਸਾਡੀ ਪਾਰਟੀ ਤਾਂ ਸਿਰਫ 8 ਸਾਲ ਪੁਰਾਣੀ ਹੈ ਜਦਕਿ ਇਹ ਮਸਲਾ ਦਹਾਕਿਆਂ ਪੁਰਾਣਾ ਹੈ ਇਹ ਕੰਡੇ ਵੀ ਸਾਡੇ ਨਹੀਂ ਰਵਾਇਤੀ ਪਾਰਟੀਆਂ ਦੇ ਵਿੱਚ ਜਿਹੇ ਹੋਏ ਨੇ ਪਰ ਗਾਲਾਂ ਸਾਨੂੰ ਪੈ ਰਹੀਆਂ ਨੇ ਤੇ ਨਾਲ ਹੀ ਇਸ ਸੰਬੰਧ ਵਿੱਚ ਮਾਨ ਨੇ ਆਪਣੀ ਪਾਰਟੀ ਦਾ ਸਟੈਂਡ ਫੇਰ ਸਾਫ਼ ਕਰਦਿਆਂ ਕਿਹਾ ਕਿ ਪੰਜਾਬ ਦੇ ਕੋਲ ਨਾ ਵਾਧੂ ਪਾਣੀ ਦੇਣ ਨੂੰ ਸੀ ਨਾ ਹੈ ਤੇ ਨਾ ਹੀ ਕਦੇ ਹੋਵੇਗਾ ਜਿਹੜੀ ਮੇਰੇ ਵਾਸਤੇ ਹੀ ਹੈ ਨਹੀਂ ਮੈਂ ਕਿਵੇਂ ਕਰਾਂ ਬਹੁਤ ਸਾਰੀਆਂ ਮੰਗਾ ਮੇਰੇ ਕੋਲ ਲੈ ਕੇ ਆਂਦੇ ਨੇ ਮੇਰੇ ਵਾਸਤੇ ਨਹੀਂ ਹੈਗੀਆਂ ਉਹ ਸੈਂਟਰ ਦੀਆਂ ਨੇ ਹਾਂ ਮੈਂ ਉੱਥੇ ਤੱਕ ਗੱਲ ਪਹੁੰਚਾ ਸਕਦਾ ਭਾਈ ਐ ਐ ਚੁੰਦੇ ਲੋਕ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਮੈਂ ਤਾਂ ਐਸਵਾਈਐਲ ਤੇ ਮੈਂ ਬੋਲਿਆ ਸੀ ਸੁਣਿਆ ਹੋਣਾ ਤੁਸੀਂ ਸਾਰਿਆਂ ਨੇ ਕਿੰਨਾ ਪਾਣੀ ਹੈ ਸਾਡੇ ਕੋਲੇ ਕਿੱਥੋਂ ਸ਼ੁਰੂ ਹੋਈ ਗੱਲ ਕਿਹਦੇ ਹੱਥੋਂ ਵਿਗੜੀ ਕਿਹਨੇ ਕੰਡੇ ਵੀਜੇ ਗਾਲਾਂ ਸਾਨੂੰ ਅਸੀਂ ਤਾਂ 8 ਸਾਲ ਪੁਰਾਣੀ ਪਾਰਟੀ ਹੈ ਜੀ ਮੁੱਖ ਮੰਤਰੀ ਨੇ মিডিਆ ਨੂੰ ਅਪੀਲ ਕੀਤੀ ਕਿ ਉਹ ਸਹੀ ਤੇ ਨਿਰਪੱਖ ਖਬਰਾਂ ਦਿਖਾਉਣ ਨਾ ਕਿ ਬੇਸਿਰ ਪੈਰ ਦੀ ਖਬਰ ਦਾ ਬੇਵਜ੍ਹਾ ਹਵਾ ਬਣਾਉਣ ਕਮੀਆਂ ਜ਼ਰੂਰ ਦੱਸੇ মিডিਆ ਪਰ ਪੱਖਪਤੀ ਰਵਈਆ ਠੀਕ ਨਹੀਂ ਹੈ ਇਹ ਜਿਹੜੀਆਂ ਪੁਰਾਣੀਆਂ ਨੀਤੀਆਂ ਨੇ ਬਦਲ ਰਹੀਆਂ ਨੇ ਵੀ ਕਿਸੇ ਤੇ ਵੀ ਕੁਝ ਬੋਲ ਦੋ ਲੋਕ ਕਹਿੰਦੇ ਸੀ ਅੱਛਾ ਜੀ ਆਏ ਆ ਫਿਰ ਤਾਂ ਗਲਤੀ ਹੋਊਗਾ ਬੰਦਾ ਸੋ ਹੁਣ ਅੱਜ ਕੱਲ WhatsApp ਦਾ ਜ਼ਮਾਨਾ ਹੈ ਹਰ ਗੱਲ ਆ ਜਾਂਦੀ ਹੈ ਕਿਹੜੀ ਫੇਕ ਨਿਊਜ਼ ਹੈ ਕਿਹੜੀ ਅਸਲੀ ਨਿਊਜ਼ ਹੈ ਸੋ ਆ ਮੀਡੀਆ ਵਾਲਿਆਂ ਨੂੰ ਵੀ ਮੈਂ ਬਹੁਤ ਧੰਨਵਾਦ ਵੀ ਕਰਦਾ ਤੇ ਨਾਲ ਰਿਕਵੈਸਟ ਵੀ ਕਰਦਾ ਸੱਚ ਦਿਖਾਓ ਜੇ ਸਾਡੇ 'ਚ ਕੋਈ ਕਮੀ ਹੈ ਜਰੂਰ ਦਿਖਾਓ ਸਾਡੀ ਆਲੋਚਨਾ ਕਰਨੀ ਹੈ ਕਿਸੇ ਗੱਲ ਤੇ ਜਰੂਰ ਕਰੋ ਪਰ ਇਹ ਨਾ ਹੋਵੇ ਕਿ ਬਸ ਆ ਏਡਾ ਵੱਡਾ ਫੰਕਸ਼ਨ ਹੋਇਆ ਆ ਗੱਲਾਂ ਹੋਈਆਂ ਪਲਾਨਟ ਹੋਇਆ ਤੇ ਗੱਲ ਆਵੇ ਪੌਣ ਤਮਾਂ ਜਦੋਂ ਗੱਡੀ 'ਚ ਬੈਠਾ ਐਨੇ ਬੰਨ ਮੈਂ ਸੀ ਲੈ ਇਹ ਕੀ ਗੱਲ ਆ ਉਹ ਹੋਏ ਪ੍ਰੋਟੋਕੋਲ ਹੈ ਕੀ ਕਰੀ ਉਹਦਾ ਮੁੱਖ ਮੰਤਰੀ ਮਾਨ ਨੇ ਵੀ ਜਾਣਕਾਰੀ ਦਿੱਤੀ ਕਿ ਸਨਤੀ ਸ਼ਹਿਰ ਲੁਧਿਆਣੇ ਦੇ ਵਿੱਚ ਟਾਟਾ ਸਟੀਲ ਆਪਣਾ ਪਲਾਂਟ ਲਾਉਣ ਜਾ ਰਹੀ ਹੈ ਜੋ ਕਿ ਜਮਸ਼ੇਦਪੁਰ ਤੋਂ ਬਾਅਦ ਦੇਸ਼ ਦੇ ਵਿੱਚ ਦੂਜਾ ਸਭ ਤੋਂ ਵੱਡਾ ਪਲਾਂਟ ਹੋਵੇਗਾ ਤੇ 26000 ਕਰੋੜ ਰੁਪਏ ਦੇ ਨਿਵੇਸ਼ ਦੇ ਨਾਲ ਪੰਜਾਬ 'ਚ ਰੋਜ਼ਗਾਰ ਦੇ ਬਹੁਤ ਸਾਰੇ ਮੌਕੇ ਪੈਦਾ ਹੋਣਗੇ ਮੁੱਖ ਮੰਤਰੀ ਨੇ ਅਖੀਰ ਦੇ ਵਿੱਚ ਮੁੜ ਸਾਰਿਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਤੇ ਸ਼ੁਭ ਇੱਛਾਵਾਂ ਦਿੱਤੀਆਂ ਟਾਟਾ ਸਟੀਲ ਦਾ ਪਲਾਂਟ ਆ ਰਿਹਾ ਲੁਧਿਆਣੇ 'ਚ ਜਮਸ਼ੇਦਪੁਰ ਤੋਂ ਬਾਅਦ ਇੰਡੀਆ ਦਾ ਸਭ ਤੋਂ ਵੱਡਾ ਸੈਕਟਰ Tata Steel ਆ ਰਹੀ 2600 ਕਰੋੜ ਰੁਪਈਆ ਕਿੰਨੇ ਮੁੰਡੇ ਕੁੜੀਆਂ ਨੂੰ ਕੰਮ ਮਿਲੂਗਾ ਇਨਡਾਇਰੈਕਟ ਕੰਮ ਕਿੰਨਾ ਮਿਲੂਗਾ ਟੈਕਸਟਾਈਲ ਦੀਆਂ ਕੰਪਨੀਆਂ ਆ ਰਹੀਆਂ ਨੇ ਬਹੁਤ ਸਾਰੀ ਇੰਡਸਟਰੀ ਕਹਿੰਦੀ ਆ ਬਸ ਸਾਡਾ ਹੁਣ ਕੰਮ ਬਣ ਗਿਆ ਜੀ ਸਾਥੋਂ ਕੋਈ ਪੈਸੇ ਨਾ ਮੰਗੇ ਸਾਨੂੰ ਦਫ਼ਤਰਾਂ 'ਚ ਧੱਕੇ ਨਾ ਖਾਣੇ ਪੈਣ ਅਸੀਂ ਕਿਹਾ ਜੀ ਸਿੰਗਲ ਵਿੰਡੋ ਸਿਸਟਮ ਕਰ ਦਿਆਂਗੇ ਆਜੋ ਕੰਮ ਕਰੋ ਫੈਕਟਰੀਆਂ ਲਾਓ ਸਾਡੇ ਮੁੰਡੇ ਕੁੜੀਆਂ ਨੂੰ ਕੰਮ ਦਿਓ ਮੈਂ ਉਹਨਾਂ ਨੂੰ ਕਿਹਾ ਵੱਧ ਤੋਂ ਵੱਧ 80% 90% 95% ਮੈਂ ਤਾਂ ਕਹਿੰਨਾ 100% ਵੀ ਜਿੱਥੇ ਫੈਕਟਰੀ ਲਾਉਂਗੇ ਜਿਹੋ ਜਿਹੇ ਤੁਹਾਨੂੰ ਕੋਈ EMPLOYES ਚਾਹੀਦੇ ਨੇ ਉਹ ਆਲੇ ਦੁਆਲੇ ਦੇ ਪਿੰਡਾਂ ਤੋਂ ਤੇ ਪੰਜਾਬ ਤੋਂ ਹੀ ਲਿਓ ਤੇ ਲੁਧਿਆਣਾ ਦੇ ਵਿੱਚ ਜਦੋਂ ਵੇਰਕਾ ਮਿਲਕ ਪਲੈਂਟ ਦਾ ਉਦਘਾਟਨ ਕਰਨ ਮੁੱਖ ਮੰਤਰੀ ਪਹੁੰਚੇ ਤਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਜਿਹੜੇ ਜਿਹੜੇ ਕਿਸਾਨਾਂ ਨੇ ਕਾਲੀਆਂ ਪੱਗਾਂ ਬੰਨੀਆਂ ਸਨ ਉਹਨਾਂ ਨੂੰ ਉਤਰਵਾ ਦਿੱਤਾ ਗਿਆ ਬਹੁਤ ਹੀ ਹੈਰਾਨੀ ਦੀ ਖਬਰ ਸਾਹਮਣੇ ਆਈ ਹੈ ਕਿ ਦਸਤਾਰਾਂ ਹੀ ਲੁਹਾ ਦਿੱਤੀਆਂ ਗਈਆਂ ਦੈਨਿਕ ਪਾਸਕਰ ਦੀ ਰਿਪੋਰਟ ਦੇ ਮੁਤਾਬਕ ਪੁਲਿਸ ਨੂੰ ਸ਼ੱਕ ਸੀ ਕਿ ਕਿਸਾਨ ਕਾਲਾ ਰੰਗ ਦਿਖਾ ਕੇ ਮੁੱਖ ਮੰਤਰੀ ਦਾ ਵਿਰੋਧ ਕਰ ਸਕਦੇ ਨੇ ਸਿਰਫ ਇੰਨਾ ਹੀ ਨਹੀਂ ਇਲਜ਼ਾਮ ਇਹ ਵੀ ਲੱਗਿਆ ਕਿ ਵੇਰਕਾ ਪਲਾਂਟ ਤੇ ਵੀ ਜਿਹੜੇ ਮੁਲਾਜ਼ਮਾਂ ਨੇ ਕਾਲੇ ਰੰਗ ਦੀ ਪੱਗ ਬੰਨੀ ਸੀ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣੀ ਹੋਣ ਦਿੱਤਾ ਗਿਆ ਤੇ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਸਰਕਾਰ ਨੂੰ ਕਾਲੇ ਰੰਗ ਤੋਂ ਖੌਫ ਹੋਇਆ ਹੋਵੇ ਇਸ ਤੋਂ ਪਹਿਲਾਂ ਵੀ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਰਾਜਪਦਰੀ ਸਮਾਗਮ ਲੁਧਿਆਣਾ ਦੇ ਵਿੱਚ ਹੋਇਆ ਸੀ ਤਾਂ ਜਿਹੜੇ ਵਿਦਿਆਰਥੀਆਂ ਨੇ ਕਾਲੇ ਰੰਗ ਦੇ ਮਾਸਕ ਪਹਿਨੇ ਹੋਏ ਸੀ ਉਹਨਾਂ ਦੇ ਮਾਸਕ ਲੋਹਾ ਕੇ ਬਾਹਰ ਸੁੱਟ ਦਿੱਤੇ ਗਏ ਸੀ ਹਾਲਾਂਕਿ ਉਦੋਂ ਪੰਜਾਬ ਦੇ ਵਿੱਚ ਕਰੋਨਾ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਹੋਈ ਸੀ ਸੋ ਕਾਲੇ ਰੰਗ ਦਾ ਇੰਨਾ ਖੌਫ ਕਿਉਂ ਹੈ ਇਹ ਤਾਂ ਹੁਣ ਸਰਕਾਰ ਹੀ ਦੱਸ ਸਕਦੀ ਹੈ ਤੇ ਜਿਵੇਂ ਸਰਕਾਰ ਆਖਦੀ ਸੀ ਕਿ VIP ਕਲਚਰ ਨਹੀਂ ਹੋਏਗਾ ਕਾਲੀਆਂ ਪੱਗਾਂ ਪਾਣ ਤੇ ਅੰਦਰ ਨਹੀਂ ਜਾਂਦੇ ਰੇ ਨੈਨ ਬਣਾ ਬਣਾ ਲਈਦਾ ਸਾਰੇ ਕਹਿੰਦੇ ਨੇ ਹਾਂ ਬਾਅਦ ਚ ਦਾ ਫਰਮਾਨੇ ਬਦਲੀ ਜਾਂਦੇ ਨੇ ਨਹੀਂ ਫਿਰ ਕੀ ਕਿਵੇਂ ਦੇਖਦੇ ਹੋ ਵੀ ਤੁਹਾਨੂੰ ਅੰਦਰ ਨਹੀਂ ਜਾਣ ਦੇ ਰਹਾ ਦਿੱਥਿਆ ਜਾ ਰਿਹਾ ਕਾਲੀ ਪੱਗ ਪਾਣ ਦੇ ਕਰ ਸਾਰੀ ਪੱਗ ਕਰਕੇ ਨਹੀਂ ਜਾਣ ਦੇ ਕਿ ਕਾਲੇ ਕੱਪੜੇ ਪਾ ਕੇ ਅੰਦਰ ਨਹੀਂ ਜਾ ਸਕਦਾ ਕੀ ਕਹਿੰਦੇ ਤੇ ਤੁਸੀਂ ਕਿਹਾ ਨਹੀਂ ਗਿਆ ਸੀ ਮੁੱਖ ਮੰਤਰੀ ਦੇ ਪ੍ਰੋਗਰਾਮ ਤੇ ਆਪ ਅੰਦਰ ਜਾਣਾ ਮਿਲਣਾ ਹਾਂਜੀ ਹਾਟ ਨੰਬਰ ਆਣ ਠੀਕ ਕੀ ਕਹਿੰਦੇ ਕੀ ਐ ਤਾਲੀਆਂ ਪੱਗਾਂ ਵਾਲੀਆਂ ਤੇ ਤੁਸੀਂ ਕਿਹਾ ਨਹੀਂ ਕਿ ਅਸੀਂ ਫਾਰਮਰ ਆ ਤੇ ਕੀ ਕਹਿੰਦੇ ਪੁਲਸ ਵਾਲੇ ਨਹੀਂ ਕਾਲੀ ਪੱਗ ਬੰਨੀ ਤਾਂ ਨਹੀਂ ਆਉਂਦੇ ਰੇ ਮੁੱਖ ਮੰਤਰੀ ਦੀ ਫੇਰੀ ਦਰਮਿਆਨ ਜੋ ਇਹ ਹਰਕਤ ਕੀਤੀ ਗਈ ਹੈ ਜੋ ਪ੍ਰਸ਼ਾਸਨ ਦੇ ਵੱਲੋਂ ਕਾਲੀਆਂ ਪੱਗਾਂ ਕਿਸਾਨਾਂ ਦੀਆਂ ਲੋਹਾਈਆਂ ਗਈਆਂ ਨੇ ਉਸ ਤੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਅਤੇ ਪੰਜਾਬ ਦੇ ਸੀਨੀਅਰ ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਤਿੱਖਾ ਪ੍ਰतिकਰਮ ਜ਼ਾਹਿਰ ਕੀਤਾ ਹੈ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੋਂ ਮੰਗ ਕੀਤੀ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਮਾਮਲੇ ਸਬੰਧੀ ਅਕਾਲ ਤਖਤ ਸਾਹਿਬ ਤੇ ਤਲਬ ਕਰਨ ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੂੰ ਇਹ ਅਪੀਲ ਕਰਾਂਗਾ ਜਥੇਦਾਰ ਜੀ ਦਸਤਾਰ ਦਸਵੀਂ ਪਾਸ਼ੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਚਿੰਨ ਦਿੱਤਾ ਜਿਸ ਦਸਤਾਰ ਦੇ ਕਾਰਨ ਸਮੁੱਚੀ ਦੁਨੀਆ ਵਿੱਚ ਅੱਜ ਸਿੱਖ ਪਾਈਚਾਰੇ ਦੀ ਇੱਜ਼ਤ ਮਾਨ ਅਤੇ ਸਨਮਾਨ ਇਹ ਸਾਡਾ ਸਭ ਤੋਂ ਵੱਡਾ ਇੱਜ਼ਤ ਦਾ ਇੱਕ ਚਿੰਨ ਹੈ ਅੱਜ ਆਜ਼ਾਦਾਨਾ ਦੇਸ਼ ਦੇ ਵਿੱਚ ਸਾਡੇ ਆਪਣੇ ਸੂਬੇ ਵਿੱਚ ਜਿਹੜਾ ਮੈਜੋਰਿਟੀ ਸਿੱਖ ਸੂਬਾ ਹੈ ਉਹਦੇ ਵਿੱਚ ਦਸਤਾਰ ਦੀ ਬੇਕਦਰਹੀ ਕੀਤੀ ਜਾਏ ਮੈਂ ਸਮਝਣਾ ਇੱਕ ਬਹੁਤ ਸੀਰੀਅਸ ਇਸ਼ੂ ਹੈ ਮੇਰੀ ਗੁਜ਼ਾਰਿਸ਼ ਹੋਏਗੀ ਇਹ ਬੇਅਦਬੀ ਤੋਂ ਘੱਟ ਨਹੀਂ ਤੁਸੀਂ ਇਮੀਡੀਏਟਲੀ ਚੀਫ ਮਿਸਟਰ ਪੰਜਾਬ ਨੂੰ ਤਲਬ ਕਰੋ ਤੇ ਉਹਨਾਂ ਕੋਲੋਂ ਇਸ ਗੱਲ ਦੀ ਅਨਕੁਆਲੀਫਾਈਡ ਮਾਫੀ ਸਮੁੱਚੇ ਪੰਜਾਬੀ ਜਗਤ ਕੋ ਤੇ ਸਿੱਖ ਜਗਤ ਕੋ ਮੁਕਾਓ ਇਸ ਤੋਂ ਕੋਈ ਵੀ ਥੱਲੇ ਚੀਜ਼ ਬਰਦਾਸ਼ਤ ਨਹੀਂ ਕੀਤੀ ਜਾਏਗੀ ਤੇ ਮੈਂ ਆਸ ਕਰਾਂਗਾ ਅਕਾਲ ਤਖਤ ਸਾਹਿਬ ਦੇ ਜਹਦਾਰ ਜੀ ਕੋ ਕੋ ਜਲਦੀ ਤੋਂ ਜਲਦੀ ਚੀਫ ਮਿਨਿਸਟਰ ਨੂੰ ਸਮਨ ਕਰਨਗੇ ਪੰਜਾਬ ਦੇ ਡੇਰਾ ਬਾਬਾ ਨਾਨਕ ਇਲਾਕੇ ਦੇ ਵਿੱਚ ਬੀਐਸਐਫ ਯਾਨੀ ਕਿ ਬਾਰਡਰ ਸਕਿਉਰਿਟੀ ਫੋਰਸ ਦੇ ਵੱਲੋਂ ਲੋਕਾਂ ਦੇ ਲਈ ਇੱਕ ਅਨਾਉਂਸਮੈਂਟ ਜਾਰੀ ਕੀਤੀ ਜਾ ਰਹੀ ਹੈ ਡੇਰਾ ਬਾਬਾ ਨਾਨਕ ਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਜਨਤਕ ਤੌਰ ਤੇ ਲੋਕਾਂ ਨੂੰ ਕਥਿਤ ਤੌਰ ਤੇ ਸਰਹੱਦ ਪਾਰ ਤੋਂ ਆਉਣ ਵਾਲੇ ਡਰੋਨ ਤੋਂ ਸੁਚੇਤ ਹੋਣ ਦੇ ਲਈ ਕਿਹਾ ਜਾ ਰਿਹਾ ਹੈ ਡਰੋਨਾਂ ਦੇ ਰਾਹੀਂ ਕਥਿਤ ਤੌਰ ਤੇ ਆਉਣ ਵਾਲੇ ਹਥਿਆਰਾਂ ਤੇ ਨਸ਼ੇ ਬਾਰੇ ਜਾਣਕਾਰੀ ਦੇਣ ਵਾਲੇ ਨੂੰ 1 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ ਜਾ ਰਿਹਾ ਹੈ ਪੁਲਿਸ ਦੀਆਂ ਗੱਡੀਆਂ ਦੇਖਣ ਨੂੰ ਇਹ ਲੱਗਦੀਆਂ ਨੇ ਪਰ ਇਹ ਬੀਐਸਐਫ ਅਧਿਕਾਰੀ ਨੇ ਜਿਹੜੇ ਕਿ ਮੁੰਨਿਆਦੀ ਕਰਵਾ ਰਹੇ ਨੇ ਪਿੰਡ ਪਿੰਡ ਜਾ ਕੇ ਮੁੰਨਿਆਦੀ ਕਰਵਾਈ ਜਾ ਰਹੀ ਹੈ BSF ਦੇ ਵੱਲੋਂ 7 ਨੰਬਰ ਵੀ ਜਾਰੀ ਕੀਤੇ ਗਏ ਨੇ ਲੋਕਾਂ ਨੂੰ ਕਿਹਾ ਗਿਆ ਕਿ ਜੇ ਤੁਸੀਂ ਕਿਤੇ ਵੀ ਡਰੋਨ ਦੇਖੋ ਜਾਂ ਫਿਰ ਕਿਤੇ ਹਥਿਆਰ ਨਸ਼ੇ ਦੇਖੋ ਤਾਂ ਤੁਸੀਂ ਤੁਰੰਤ ਇਹਨਾਂ ਨੰਬਰਾਂ ਤੇ ਫੌਜ ਨੂੰ ਜਾਣਕਾਰੀ ਦਿਓ ਹਾਲਾਂਕਿ ਇਸ ਦਰਮਿਆਨ ਪਿੰਡ ਵਾਸੀਆਂ ਨੇ ਖਦਸ਼ਾ ਵੀ ਜ਼ਾਹਿਰ ਕੀਤਾ ਕਿ BSF ਨੂੰ ਪਹਿਲਾਂ ਲੋਕਾਂ ਨੂੰ ਭਰੋਸੇ ਵਿੱਚ ਲੈਣਾ ਹੋਊਗਾ ਕਿ ਜੇ ਕੋਈ ਪਿੰਡ ਵਾਸੀ ਉਹਨਾਂ ਨੂੰ ਅਜਿਹੀ ਜਾਣਕਾਰੀ ਦਿੰਦਾ ਹੈ ਤਾਂ ਕੀ ਉਹਨਾਂ ਤੇ ਦਬਾਅ ਤਾਂ ਨਹੀਂ ਬਣਾਇਆ ਜਾਊਗਾ ਕਿਉਂਕਿ ਬਹੁਤੇ ਲੋਕਾਂ ਨੂੰ ਇਹੀ ਡਰ ਬਣਿਆ ਰਹਿੰਦਾ ਹੈ ਕਿ ਉਹਨਾਂ ਨੇ ਇਸ ਝਮੇਲੇ ਦੇ ਵਿੱਚ ਨਹੀਂ ਪੈਣਾ ਜਿਸ ਕਰਕੇ ਉਹ ਕੋਈ ਇਹੀ ਜਾਣਕਾਰੀ ਦੇਣ ਤੋਂ ਕੰਨੀ ਕਤਰਾਂਦੇ ਨੇ ਇਨਾ ਹੁਣ ਤੱਕ ਪੰਜਾਬ ਦੇ ਸਰਹੱਦ ਤੋਂ ਪਾਰ ਚਿੱਟਾ ਦਾ ਘਰਨ ਅਤੇ ਨਜਾਇਜ਼ ਵਿਆਹਾਂ ਦੀ ਤਸਰੀ ਕਰਨ ਲਈ ਪੰਜਾਬ ਵਿਜੀਲੈਂਸ ਦੇ AIG ਮਨਮੋਨ ਕੁਮਾਰ ਨੂੰ ਰਿਸ਼ਵਤ ਦੀ ਪੇਸ਼ਕਸ਼ ਦੇਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਸਾਬਕਾ ਮੰਤਰੀ ਤੇ BJP ਲੀਡਰ ਸੁੰਦਰ ਸ਼ਾਮਾ ਰੋੜਾ ਨੂੰ ਅਦਾਲਤ ਨੇ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਉਹਨਾਂ ਤੇ ਪੰਜਾਬ ਵਿਜੀਲੈਂਸ ਦੇ AIG ਮਨਮੋਨ ਕੁਮਾਰ ਨੂੰ 50 ਲੱਖ ਰੁਪਏ ਦੇ ਰਿਸ਼ਵਤ ਦੀ ਪੇਸ਼ਕਸ਼ ਦੇ ਇਲਜ਼ਾਮ ਲੱਗੇ ਨੇ ਪੁਲਿਸ ਨੇ ਅਦਾਲਤ ਤੋਂ ਸਾਬਕਾ ਮੰਤਰੀ ਦੇ 4 ਦਿਨਾਂ ਦੇ ਹੋਰ ਰਿਮਾਂਡ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਪੁਲਿਸ ਰਿਮਾਂਡ ਨਹੀਂ ਦਿੱਤਾ ਨਿਆਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਝੋਨਾ ਵੀ ਪਹੁੰਚ ਰਿਹਾ ਹੈ ਤੇ ਪ੍ਰਾਲੀ ਨੂੰ ਅੱਗ ਲਗਣ ਦੀਆਂ ਘਟਨਾਵਾਂ ਵੀ ਦਿਨੋ-ਦਿਨ ਵਧ ਰਹੀਆਂ ਨੇ ਤੇ ਆਪਣੇ ਦਾਅਵਿਆਂ ਤੋਂ ਉਲਟ ਪ੍ਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਦੇ ਖਿਲਾਫ ਪੰਜਾਬ ਸਰਕਾਰ ਨੇ ਵੀ ਸਖਤੀ ਸ਼ੁਰੂ ਕਰ ਦਿੱਤੀ ਹੈ ਸੋਮਵਾਰ ਤੇ ਮੰਗਲਵਾਰ ਨੂੰ 24 ਘੰਟਿਆਂ ਦੇ ਵਿੱਚ ਪ੍ਰਾਲੀ ਸਾੜਨ ਦੀਆਂ ਰਿਕਾਰਡ 772 ਘਟਨਾਵਾਂ ਸਾਹਮਣੇ ਆਈਆਂ ਨੇ ਤੇ 2 ਦਿਨ ਪਹਿਲਾਂ ਸੂਬੇ ਦਾ 에ਅਰ ਕੁਆਲਿਟੀ ਇੰਡੈਕਸ yellow zone ਦੇ ਵਿੱਚ ਸੀ ਜਿਹੜਾ ਮੰਗਲਵਾਰ ਨੂੰ ਵੱਧ ਕੇ orange category ਦੇ ਵਿੱਚ ਪਹੁੰਚ ਗਿਆ ਪੰਜਾਬ ਰਿਮੋਟ ਸੈਂਸਰ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਲੁਧਿਆਣਾ ਨੇ ਪੰਜਾਬ ਦੇ ਵਿੱਚ 5 13 ਸਤੰਬਰ ਤੋਂ 18 ਅਕਤੂਬਰ ਤੱਕ ਪਰਾਲੀ ਸਾੜਨ ਦੀਆਂ 2199 ਘਟਨਾਵਾਂ ਦਰਜ ਕੀਤੀਆਂ ਨੇ 288 ਕਿਸਾਨਾਂ ਨੂੰ 7 ਲੱਖ ਤੋਂ ਵੱਧ ਜੁਰਮਾਨੇ ਕਰ ਵੀ ਦਿੱਤੇ ਗਏ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਬੁੱਧਵਾਰ ਨੂੰ ਹੜਤਾਲ ਤੇ ਚਲੇ ਗਏ ਉਹਨਾਂ ਨੇ ਕੋਈ ਵੀ ਕੰਮ ਨਾ ਕਰਨ ਦਾ ਐਲਾਨ ਕਰ ਦਿੱਤਾ ਪੰਜਾਬ ਹਰਿਆਣਾ 바ਰ ਕਾਉਂਸਲ ਨੇ ਇਸ ਸੰਬੰਧ ਵਿੱਚ ਹੰਗਾਮੀ ਬੈਠਕ ਵੀ ਸੱਦੀ ਤੇ ਮੰਗਲਵਾਰ ਨੂੰ ਐਨਆਈਏ ਦੇ ਛਾਪਿਆਂ ਤੋਂ ਬਾਅਦ ਇਹ ਵਿਰੋਧ ਦਰਜ ਕਰਾਉਣ ਦਾ ਫੈਸਲਾ ਲਿਆ ਗਿਆ ਐਨਆਈਏ ਨੇ ਚੰਡੀਗੜ੍ਹ ਸਮੇਤ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਛਾਪੇਮਾਰੀ ਕੀਤੀ ਸੀ ਗੈਂਗਸਟਰ ਜੱਗੂ ਭਗਵਾਨਪੁਰਿਆ ਦੇ ਵਕੀਲ ਦੇ ਚੰਡੀਗੜ੍ਹ ਸੈਕਟਰ 27 ਸਥਿਤ ਘਰੇ ਵੀ ਛਾਪਾ ਮਾਰਿਆ ਕਈ ਘੰਟਿਆਂ ਤੱਕ ਰਿਕਾਰਡ ਫਰੋਲੇ ਗਏ ਤੇ ਇਸ ਤਰ੍ਹਾਂ ਕਈ ਹੋਰ ਵਕੀਲਾਂ ਦੇ ਘਰੇ ਵੀ ਐਨਆਈਏ ਪਹੁੰਚੀ ਇਸ ਤੇ ਵਿਰੋਧ ਦੇ ਵਿੱਚ ਛਾਪਿਆਂ ਦੇ ਵਿਰੋਧ ਵਿੱਚ ਵਕੀਲਾਂ ਨੇ ਹੜਤਾਲ ਕੀਤੀ ਖੰਨਾ ਦੇ ਵਿੱਚ ਦੀਵਾਲੀ ਤੋਂ ਪਹਿਲਾਂ ਪਟਾਕਿਆਂ ਦੀਆਂ ਗੈਰ ਕਾਨੂੰਨੀ ਦੁਕਾਨਾਂ ਤੇ ਲਗਾਤਾਰ ਛਾਪੇ ਮਾਰੇ ਜਾ ਰਹੇ ਨੇ ਖੰਨਾ ਵਿੱਚ ਐਸਟੀਐਮ ਮਨਜੀਤ ਕੌਰ ਨੇ ਭੀੜਪੜ ਵਾਲੇ ਇਲਾਕਿਆਂ ਦੇ ਵਿੱਚ ਖੋਲੀਆਂ ਪਟਾਕਿਆਂ ਦੀਆਂ ਤਿੰਨ ਗੈਰ ਕਾਨੂੰਨੀ ਦੁਕਾਨਾਂ ਸੀਲ ਕਰ ਦਿੱਤੀਆਂ ਨੇ ਅਮਰੀਕਾ ਨੇ ਕਰੀਬ 15 ਸਾਲਾਂ ਦੀ ਜਾਂਚ ਤੋਂ ਬਾਅਦ ਭਾਰਤ ਨੂੰ 307 ਪੁਰਾਤਨ ਵਸਤੂਆਂ ਵਾਪਸ ਭੇਜ ਦਿੱਤੀਆਂ ਨੇ ਜਿਹੜੀਆਂ ਕਿ ਚੋਰੀ ਕੀਤੀਆਂ ਗਈਆਂ ਸਨ ਜਾਂ ਫਿਰ ਦੇਸ਼ ਤੋਂ ਬਾਹਰ ਤਸਕਰ ਕੀਤੀਆਂ ਗਈਆਂ ਸਨ ਇਹਨਾਂ ਚੀਜ਼ਾਂ ਦੀ ਕੀਮਤ 40 ਲੱਖ ਅਮਰੀਕੀ ਡਾਲਰ ਹੈ ਇਹਨਾਂ ਵਿੱਚੋਂ ਜ਼ਿਆਦਾਤਰ ਚੀਜ਼ਾਂ ਬਦਨਾਮ ਕਾਰੋਬਾਰੀ ਸੁਭਾਸ਼ ਕਪੂਰ ਤੋਂ ਬਰਾਮਦ ਕੀਤੀਆਂ ਅੱਜ ਸੰਮਨਹੈਟਨ ਦੇ ਜ਼ਿਲ੍ਹਾ ਅਟਾਰਨੀ ਐਲਵਨ ਬ੍ਰੈਗ ਨੇ ਭਾਰਤ ਨੂੰ 307 ਪੁਰਾਣੀਆਂ ਚੀਜ਼ਾਂ ਵਾਪਸ ਕਰਨ ਦਾ ਐਲਾਨ ਕੀਤਾ। ਬੁਲੇਟਿਨ ਦੇ ਵਿੱਚ ਕੁਝ ਚੰਗੀਆਂ ਖਬਰਾਂ ਤੁਹਾਨੂੰ ਦੱਸ ਦਿੰਨੇ ਆ ਜਿਨ੍ਹਾਂ ਨੂੰ ਸੁਣ ਕੇ ਤੁਹਾਡੇ ਚਿਹਰੇ ਤੇ ਵੀ ਮੁਸਕਾਨ ਆ ਜਾਵੇਗੀ। ਇੱਕ ਸਕੂਟਰ ਮੋਟਰਸਾਈਕਲ ਤੇ ਕਾਰਾਂ ਨੂੰ ਪੰਚਰ ਲਾਉਣ ਵਾਲੇ ਦੀ ਉਸ ਵਕਤ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਸ ਦੀ 3 ਕਰੋੜ ਦੀ ਲਾਟਰੀ ਨਿਕਲ ਆਈ ਹੈ ਸਕੂਟਰ ਮੋਟਰਸਾਈਕਲ ਤੇ ਕਾਰਾਂ ਨੂੰ ਪੈਂਚਰ ਲਾਉਣ ਵਾਲਾ ਦੁਕਾਨਦਾਰ ਲਾਟਰੀ ਦੀ ਟਿਕਟ ਖਰੀਦ ਕੇ ਕਰੋੜਪਤੀ ਬਣ ਗਿਆ ਨਾਗਾਲੈਂਡ ਦੀ ਪੂਜਾ ਸਪੈਸ਼ਲ ਬੰਪਰ ਦੇ ਲਈ ਅਕਤੂਬਰ ਦੇ ਪਹਿਲੇ ਹਫਤੇ ਖਰੀਦੀ ਗਈ ਟਿਕਟ ਨੇ ਉਸ ਨੂੰ 3 ਕਰੋੜ ਦਾ ਇਨਾਮ ਦਿੱਤਾ ਹੈ ਯਾਨੀ ਕਿ ਖਬਰ ਨਾਗਾਲੈਂਡ ਤੋਂ ਹੈ ਪੰਜਾਬ ਦੇ ਵੀ ਇੱਕ ਚੰਗੀ ਖਬਰ ਦੱਸ ਦਿੰਦੇ ਹਾਂ ਜਿੱਥੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਦਸੂਹਾ ਤੋਂ 4 ਕਿਲੋਮੀਟਰ ਦੂਰ ਪਿੰਡ ਖੋਖਰ ਦੇ ਕਿਸਾਨ ਪਿਤਾ ਰਸ਼ਪਾਲ ਸਿੰਘ ਤੇ ਮਾਤਾ ਜਸਵੀਰ ਕੌਰ ਦੀ ਵੱਡੀ ਧੀ ਮਨਜੋਤ ਕੌਰ ਜਨਰਲ ਕੈਟਾਗਰੀ ਦੇ ਵਿੱਚ 38ਵਾਂ ਰੈਂਕ ਹਾਸਲ ਕਰਕੇ ਹਰਿਆਣਾ ਜੁਡੀਸ਼ੀਅਲ ਸਰਵਿਸਿਸ ਦੀ ਜੱਜ ਬਣ ਗਈ ਹੈ। ਹਰਿਆਣਾ ਨਿਆਂਕ ਸੇਵਾਵਾਂ ਪੂਰੀਆਂ ਕਰਨ ਤੋਂ ਬਾਅਦ ਜੱਜ ਬਣਨ ਜਾ ਰਹੀ ਮਨਜੋਤ ਕੌਰ ਨੇ ਇੱਕ ਨਿਜੀ ਟੀਵੀ ਚੈਨਲ ਨੂੰ ਇੰਟਰਵਿਊ ਦਿੱਤਾ ਅਤੇ ਸੁਨੇਹਾ ਦਿੱਤਾ ਕਿ ਲੋਕ ਆਪਣੀਆਂ ਤਿਆਨੂੰ ਸ਼ਰਾਪਨਾ ਸਮਝਣ ਉਹਦੇ ਮਾਪੇ ਵੀ ਕਹਿੰਦੇ ਬਹੁਤ ਗਰੀਬ ਸਨ ਬਚਪਨ ਦੇ ਵਿੱਚ ਹੀ ਉਹਨੇ ਇਸ ਕਰਕੇ ਫੈਸਲਾ ਲੈ ਲਿਆ ਸੀ ਕਿ ਵੱਡੀ ਹੋ ਕੇ ਜੱਜ ਬਣੇਗੀ। ਮਨਜੋਤ ਨੇ ਦੱਸਿਆ ਕਿ ਉਹਦਾ ਸੁਪਨਾ ਸਾਕਾਰ ਕਰਨ ਦੇ ਵਿੱਚ ਉਹਦੇ ਮਾਪੇ ਨੇ ਹੀ ਸਾਥ ਦਿੱਤਾ ਮਾਪੇ ਬਹੁਤ ਮੁਸ਼ਕਲਾਂ ਦੇ ਵਿੱਚੋਂ ਲੰਘੇ ਪਰ ਉਹਨਾਂ ਨੇ ਹਾਰ ਨਹੀਂ ਮੰਨੀ ਸ਼ਾਇਦ ਕਹਿੰਦੀ ਮੇਰੇ ਮਾਤਾ ਪਿਤਾ ਦੇ ਜਨੂਨ ਨੇ ਹੀ ਮੈਨੂੰ ਆਪਣੇ ਬਚਪਨ ਤੋਂ ਆਪਣੇ ਸੁਪਨੇ ਨੂੰ ਸাকার ਕਰਨ ਵੱਲ ਪ੍ਰੇਰਿਤ ਕੀਤਾ ਤੇ ਹੁਣ ਉਹ ਆਪਣੇ ਸੁਪਨੇ ਨੂੰ ਸাকার ਕਰਨ ਤੋਂ ਬਾਅਦ ਬਹੁਤ ਖੁਸ਼ ਮਹਿਸੂਸ ਕਰ ਰਹੀ ਹੈ ਮਾਪਿਆਂ ਦੀ ਖੁਸ਼ੀ ਕੀ ਹੋਵੇਗੀ ਉਹ ਤਾਂ ਆਪਾਂ ਬਿਆਨ ਹੀ ਨਹੀਂ ਕਰ ਸਕਦੇ ਖੈਰ ਆਪਾਂ ਵਧਾਈ ਜ਼ਰੂਰ ਦੇਵਾਂਗੇ ਮਨਜੋਤ कौर ਨੂੰ ਵੀ ਅਤੇ ਜਿਸ ਦੀ ਲਾਟਰੀ ਨਿਕਲੀ ਹੈ ਉਸ ਦੁਕਾਨਦਾਰ ਨੂੰ ਵੀ ਵੱਡੀਆਂ ਘਟਨਾਵਾਂ ਵਾਰਦਾਤਾ ਤੇ ਹਾਦਸਿਆਂ ਦੇ ਨਾਲ ਜੁੜੀ ਖਬਰ ਹੈ ਪਹਿਲੀ ਖਬਰ ਗਾਜ਼ੀਆਬਾਦ ਤੋਂ ਹੈ ਜਿਸ ਨੇ ਫੇਰ ਉਹੀ ਯਾਦ ਕਰਵਾ ਦਿੱਤਾ ਹੈ ਦਿੱਲੀ ਦੇ ਵਿੱਚ ਵਾਪਰਿਆ ਨਿਰਭਇਆ ਕਾਂਡ ਉਹ ਉਸ ਅਪਰਾਧ ਵਰਗਾ ਇੱਕ ਹੋਰ ਅਪਰਾਧ ਗਾਜ਼ੀਆਬਾਦ ਵਾਪਰਿਆ ਹੈ ਗਾਜ਼ੀਆਬਾਦ ਤੋਂ ਦਿੱਲੀ ਜਾ ਰਹੀ ਲੜਕੀ ਨੂੰ ਅਗਵਾ ਕਰਕੇ ਪੰਜ ਲੋਕਾਂ ਨੇ ਦੋ ਦਿਨਾਂ ਤੱਕ ਸਮੂਹਿਕ ਬਲਾਤਕਾਰ ਹੀ ਨਹੀਂ ਕੀਤਾ ਲੜਕੀ ਦੇ ਗੁਪਤ ਅੰਗਾਂ ਦੇ ਵਿੱਚ ਰੌਡ ਮਾਰ ਕੇ ਉਸਦੇ ਹੱਥ ਪੈਰ ਬੰਨ ਕੇ ਬੋਰੀਆਂ ਦੇ ਵਿੱਚ ਪਾ ਕੇ ਸੜਕ ਦੇ ਕਿਨਾਰੇ ਵੀ ਸੁੱਟ ਦਿੱਤਾ ਲੜਕੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉਸਦੀ ਹਾਲਤ ਗੰਭੀਰ ਹੈ ਮੈਲਾ ਕਮਿਸ਼ਨ ਦਿੱਲੀ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਇਸ ਮਾਮਲੇ ਦੇ ਵਿੱਚ ਗਾਜ਼ੀਆਬਾਦ ਦੇ ਐਸਐਸਪੀ ਨੂੰ ਤਲਬ ਕੀਤਾ ਹੈ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਦਾਵਾ ਕੀਤਾ ਹੈ ਕਿ ਮੋਲਜ਼ਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ 38 ਸਾਲ ਦੀ ਔਰਤ ਦੱਸੀ ਜਾ ਰਹੀ ਹੈ ਜਿਸ ਨੂੰ ਅਗਵਾ ਕਰਕੇ ਬਲਾਤਕਾਰ ਕੀਤਾ ਜਾਣ ਦੀ ਪੁਸ਼ਟੀ ਵੀ ਪੁਲਿਸ ਨੇ ਕੀਤੀ ਹੈ ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸੁਆਤੀ ਮਾਲੀਵਾਲ ਨੇ ਟਵੀਟ ਕੀਤਾ ਕਿ ਦਿੱਲੀ ਦੀ ਇੱਕ ਲੜਕੀ ਨੂੰ ਗਾਜ਼ੀਆਬਾਦ ਤੋਂ ਵਾਪਸ ਆ ਰਹੀ ਸੀ ਉਸ ਨੂੰ ਕਾਰ ਦੇ ਵਿੱਚ ਅਗਵਾ ਕਰਕੇ ਲੈ ਗਏ ਪੰਜ ਜਣਿਆਂ ਨੇ ਦੋ ਦਿਨਾਂ ਤੱਕ ਕੋ ਕਰਮ ਕੀਤਾ ਉਸ ਦੇ ਗੁਪਤ ਅੰਗਾਂ ਦੇ ਵਿੱਚ ਰਾਡ ਪਾਈ ਪੀੜਤ ਸੜਕ ਪੀੜਤ ਲੜਕੀ ਜਿਹੜੀ ਸੜਕ ਦੇ ਕਿਨਾਰੇ ਬੋਰੀ ਦੇ ਵਿੱਚ ਪਈ ਮਿਲੀ ਤੇ ਉਸ ਵਕਤ ਰਾਡ ਉਹਦੇ ਸਰੀਰ ਦੇ ਅੰਦਰ ਸੀ ਹਸਪਤਾਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ ਗਾਜ਼ੀਆਬਾਦ ਦੇ ਐਸਐਸਪੀ ਨੂੰ ਨੋਟਿਸ ਜਾਰੀ ਕਰਕੇ ਮਹਿਲਾ ਕਮਿਸ਼ਨ ਨੇ ਕੀਤੀ ਗਈ ਕਾਰਵਾਈ ਅਤੇ ਐਫਆਈਆਰ ਦੀ ਕਾਪੀ ਦੇ ਨਾਲ ਨਾਲ ਗ੍ਰਿਫਤਾਰੀ ਦੇ ਬਾਰੇ ਵੀ ਜਾਣਕਾਰੀ ਮੰਗੀ ਹੈ ਮਾਲੀਵਾਲ ਨੇ ਕਿਹਾ ਕਿ ਇਸ ਮਾਮਲੇ ਨੇ ਨਿਰਭਇਆ ਕਾਂਡ ਦੀ ਯਾਦ ਦਿਵਾ ਦਤੀ ਹੈ ਵੀਡੀਓ ਦੇ ਵਿੱਚ ਮਾਲੀਵਾਲ ਨੇ ਇਹ ਵੀ ਦੱਸਿਆ ਕਿ ਗਾਜ਼ੀਆਬਾਦ ਦੇ ਵਿੱਚ ਜਦੋਂ ਇਹ ਲੜਕੀ ਔਟੋ ਰਿਕਸ਼ਾ ਦਾ ਇੰਤਜ਼ਾਰ ਕਰ ਰਹੀ ਸੀ 16 ਅਕਤੂਬਰ ਦਾ ਦਿਨ ਸੀ ਜਾਂ ਫਿਰ ਰਾਤ ਸੀ ਇਹਨੇ ਆਪਣੇ ਭਾਈ ਦੇ ਜਨਮ ਦਿਨ ਤੇ ਜਾਣਾ ਸੀ ਉਸ ਵਕਤ ਚਾਰ ਲੋਕਾਂ ਨੇ ਇਹਨੂੰ ਅਗਵਾ ਕਰ ਲਿਆ ਆਪਣੀ ਐਸਯੂਵੀ ਦੇ ਵਿੱਚ ਲੈ ਗਏ ਚਾਰਾਂ ਦੇ ਨਾਲ ਇੱਕ ਹੋਰ ਵਿਅਕਤੀ ਨੇ ਮਿਲ ਕੇ ਇਹ ਦੁਸ਼ਕਰਮ ਕੀਤਾ ਅਤੇ ਟਾਰਚਰ ਕੀਤਾ ਪੀੜਤ ਔਰਤ 18 ਅਕਤੂਬਰ ਨੂੰ ਸਵੇਰੇ 3:30 ਵਜੇ ਨੰਦਗ੍ਰਾਮ ਥਾਣਾ ਇਲਾਕੇ ਦੇ ਵਿੱਚ ਸੜਕ ਕਿਨਾਰੇ ਮਿਲੀ ਸੀ ਔਰਤ ਦੇ ਨਾਲ ਘਟਨਾ ਨੂੰ ਉਸਦੇ ਸਾਬਕਾ ਜਾਣਕਾਰ ਵਿਅਕਤੀਆਂ ਨੇ ਹੀ ਅੰਜਾਮ ਦਿੱਤਾ ਸੀ ਇਹ ਪੁਲਿਸ ਦੀ ਐਫਆਈਆਰ ਦੇ ਵਿੱਚ ਦਰਜ ਹੈ ਕਿ ਪੀੜਤਾ ਨੂੰ ਕੁਝ ਸਕੋਰਪੀਅਸ ਸਵਾਰ ਨੌਜਵਾਨਾਂ ਨੇ ਬੰਦੂਕ ਦਿਖਾ ਕੇ ਸੜਕ ਤੋਂ ਚੁੱਕ ਲਿਆ ਸੀ ਚਾਰ ਜਣੇ ਸਵਾਰ ਸਨ ਉਹਨੂੰ ਸੁੰਨਸੰਤ ਥਾਂ ਤੇ ਲੈ ਗਏ ਇੱਥੇ ਪਹਿਲਾਂ ਤੋਂ ਹੀ ਇੱਕ ਨੌਜਵਾਨ ਮੌਜੂਦ ਸੀ ਪੰਜਾਂ ਨੇ 2 ਦਿਨਾਂ ਤੱਕ ਉਹਦੇ ਨਾਲ ਬਲਾਤਕਾਰ ਕੀਤਾ ਉਸ ਤੋਂ ਬਾਅਦ ਹੱਥ ਪੈਰ ਬੰਨ੍ਹ ਕੇ ਬੋਰੀ 'ਚ ਬੰਦ ਕਰਕੇ ਸੁੱਟ ਦਿੱਤਾ ਨਾਮਜ਼ਦ ਕੀਤੇ ਗਏ ਦਿੱਲੀ ਦੇ ਰਹਿਣ ਵਾਲੇ ਪੰਜੇ ਦੋਸ਼ੀ ਮਹਿਲਾ ਨੂੰ ਜਾਣਦੇ ਸਨ ਪੰਜਾਬ ਦੇ ਜਗਰਾਵਾਂ ਤੋਂ ਖਬਰ ਹੈ ਜਿੱਥੇ ਬੇਟ ਇਲਾਕੇ ਦੇ ਪਿੰਡ ਖੁਰਸ਼ਿਆਦਪੁਰਾ ਦੇ ਰਹਿਣ ਵਾਲੇ ਕਾਲੀ ਨਾਂ ਦੇ ਉਸ ਸ਼ਖਸ ਨੇ ਰੁੱਖ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ ਜਿਸ ਨੇ ਲੰਗੀ ਰਾਤ ਆਪਣੇ ਸਹੁਰੇ ਘਰ ਜਾ ਕੇ ਆਪਣੀ ਪਤਨੀ ਆਪਣੇ ਪੁੱਤਰ ਧੀ ਅਤੇ ਸੱਸ ਸਹੁਰੇ ਨੂੰ ਜਿਉਂਦਿਆਂ ਨੂੰ ਪੈਟਰੋਲ ਛਿੜਕ ਕੇ ਸਾਰ ਦੱਤਾ ਸੀ ਮਾਰ ਦਿੱਤਾ ਸੀ ਪਿੰਡ ਖੁਰਸ਼ਾਦਪੁਰਾ ਦੇ ਕਾਲੀ ਨੇ ਹੁਣ ਸਤਲੁਜ ਦਰਿਆ ਦੇ ਕੰਡੇ ਹੀ ਪੌਪੂਲਰ ਦੇ ਰੁੱਖ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਵੀ ਖਤਮ ਕਰ ਦਿੱਤੀ ਮੌਕੇ ਤੇ ਦੋ ਥਾਣਿਆਂ ਦੀ ਪੁਲਿਸ ਪਹੁੰਚੀ ਸੀ ਤੇ ਜਿਸ ਬੇਰਹਿਮ ਤਰੀਕੇ ਦੇ ਨਾਲ ਇਸ ਨੇ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਸਾਰੇ ਲੋਕ ਲਾਂਤਾਂ ਪਾ ਰਹੇ ਸੀ ਤੇ ਹੁਣ ਇੱਕ ਹੋਰ ਖਬਰ ਲੁਧਿਆਣਾ ਤੋਂ ਅਜੇ ਹੀ ਸਾਹਮਣੇ ਆਈ ਹੈ ਬਹੁਤ ਹੀ ਦਰਦਨਾਕ ਤਰੀਕੇ ਦੇ ਨਾਲ ਇੱਕ ਪੁੱਤ ਨੇ ਆਪਣੀ ਮਾਂ ਨੂੰ ਮਾਰ ਦਿੱਤਾ ਹੈ ਮੁੰਡੇ ਨੇ ਆਪਣੀ ਮਾਂ ਦਾ ਕਤਲ ਇਸ ਕਰਕੇ ਕੀਤਾ ਹੈ ਕਿਉਂਕਿ ਉਹਨੂੰ ਮਨਪਸੰਦ ਦੀ ਸਬਜ਼ੀ ਨਹੀਂ ਬਣਾ ਕੇ ਦਿੱਤੀ ਜਾਣਕਾਰੀ ਸੱਚੀ ਮੁੱਚੀ ਸ਼ਰਮਨਾਕ ਹੈ ਮਾਂ ਨੇ ਕੀਆ ਜਿਹਨੂੰ ਕੁਝ ਲੋਕ ਕੱਦੂ ਵੀ ਕਹਿੰਦੇ ਨੇ ਕੁਝ ਪੇਠਾ ਵੀ ਕਹਿੰਦੇ ਨੇ ਉਹ ਸਬਜ਼ੀ ਬਣਾਈ ਸੀ ਮੁੰਡੇ ਨੂੰ ਪਸੰਦ ਨਹੀਂ ਆਈ ਮਾਂ ਨੂੰ ਕਿਹਾ ਕਿ ਆਲੂ ਗੋਭੀ ਦੀ ਸਬਜ਼ੀ ਬਣਾ ਕੇ ਦੇ ਦੇ ਮਾਂ ਨੇ ਇਨਕਾਰ ਕਰ ਦਿੱਤਾ ਤਾਂ ਗੁੱਸੇ 'ਚ ਉਹਨੇ ਆਪਣੀ ਬਜ਼ੁਰਗ ਮਾਂ ਨੂੰ ਡੰਡਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਪਿਓ ਨੇ ਵਿਚਾਲੇ ਆ ਕੇ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁੰਡੇ ਨੇ ਉਹਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ ਆਖਿਰ ਗੁੱਸੇ ਵਿੱਚ ਆਏ ਕਲਯੁਗੀ ਪੁੱਤ ਨੇ ਆਪਣੀ ਮਾਂ ਨੂੰ ਛੱਤ ਤੋਂ ਧੱਕਾ ਦੇ ਦਿੱਤਾ ਔਰਤ ਜਿਹੜੀ ਮਾਂ ਸੀ ਉਹ ਗੰਭੀਰ ਚ ਜ਼ਖਮੀ ਹੋ ਗਈ ਹਸਪਤਾਲ ਵਾਲ ਵੀ ਲੈ ਕੇ ਗਏ ਪਰ ਉਦੋਂ ਤੱਕ ਮੌਤ ਹੋ ਚੁੱਕੀ ਸੀ ਸਮਰਾਲਾ ਦੇ ਵਿੱਚ ਇੱਕ ਰਿਟਾਇਰਡ ਅਫਸਰ ਅਜਾਈ ਮੌਤੇ ਮਾਰਿਆ ਗਿਆ ਹੈ ਸਵੇਰੇ ਸਵੇਰੇ ਬਾਈਪਾਸ ਨੇੜੇ ਤੇਜ਼ ਰਫ਼ਤਾਰ ਫੋਰਚੂਨਰ ਨੇ ਹਾਈਵੇ ਤੇ ਸਾਈਕਲਿੰਗ ਕਰ ਰਹੇ ਰਿਟਾਇਰਡ ਬੈਂਕ ਅਧਿਕਾਰੀ ਤੇ ਉਹਦੇ ਨਾਲ ਜਾ ਰਹੇ ਪੰਚਾਇਤ ਅਫਸਰ ਨੂੰ ਟੱਕਰ ਮਾਰ ਦਿੱਤੀ ਹਾਦਸੇ ਵਿੱਚ ਰਿਟਾਇਰਡ ਬੈਂਕ ਅਧਿਕਾਰੀ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਪੰਚਾਇਤ ਅਫਸਰ ਜ਼ਖਮੀ ਹੈ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ रिटायर्ड बैंक अधिकारी ਦਾ ਨਾਮ ਅਮਨਜੀਤ ਸਿੰਘ ਸੀ 60 ਸਾਲ ਦੀ ਉਮਰ ਸੀ ਤੇ ਪੰਚਾਇਤ ਅਫਸਰ ਹਰਜੀਤ ਸਿੰਘ ਗੁਆੰਡੀ ਸੀ ਤੜਕੇ ਤੜਕੇ ਸਾਈਕਲਿੰਗ ਕਰ ਰਹੇ ਸੀ ਪਰ ਚਾਨਣ ਸੀ ਜਦੋਂ ਸਾਢੇ 7:00 ਵਜੇ ਵਾਪਸ ਘਰੇ ਪਰਤ ਰਹੇ ਸੀ ਤਾਂ ਅਚਾਨਕ ਚੈਲਾ ਬਾਈਪਾਸ ਕੋਲ ਲੁਧਿਆਣਾ ਤੋਂ ਆ ਰਹੀ ਤੇਜ਼ ਫੋਰਚੂਨਰ ਗੱਡੀ ਨੇ ਇਹਨਾਂ ਨੂੰ ਟੱਕਰ ਮਾਰ ਦਿੱਤੀ ਅਤੇ ਦੂਰ ਤੱਕ ਖੜੀਸ ਕੇ ਲੈ ਗਈ ਬੈਂਕ ਅਧਿਕਾਰੀ ਅਮਨਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਪੁਲਿਸ ਨੇ ਫੋਰਚੂਨਰ ਕਬਜ਼ੇ ਵਿੱਚ ਲੈ ਲਈ ਹੈ ਚਾਲਕ ਤੇ ਕੇਸ ਦਰਜ ਕੀਤਾ ਗਿਆ ਇਸੇ ਤਰ੍ਹਾਂ ਲਹਿਰਾ ਗਾਗਾ ਦੇ ਵਿੱਚ ਵੀ ਇੱਕ ਵਿਅਕਤੀ ਅਜਾਈ ਮੌਤ ਮਾਰਿਆ ਗਿਆ ਉਹ ਵੀ ਉਸ ਦਿਨ ਜਿਸ ਦਿਨ ਜਨਮ ਦਿਨ ਸੀ ਲਹਿਰਾ ਗਾਗਾ ਦੇ ਸੁਰਿੰਦਰ ਕੁਮਾਰ ਡੀਸੀ ਦਾ ਜਨਮ ਦਿਨ ਮੌਕੇ ਸਵੇਰ ਸਵੇਰੇ ਸਵੇਰੇ ਰੇਲ ਗੱਡੀੇਠਾਂ ਆਉਣ ਕਾਰਨ ਇਸ ਦੁਨੀਆ ਤੋਂ ਚਲਾਣਾ ਹੋ ਗਿਆ ਮੌਤ ਹੋ ਗਈ ਚਾਹ ਦੇ ਕਾਰੋਬਾਰੀ ਸੰ 66 ਸਾਲ ਦੇ ਸੁਰਿੰਦਰ ਸਵੇਰੇ ਸੈਰ ਕਰਨ ਦੇ ਲਈ ਗਏ ਸੀ ਪੈਰ ਤਿਲਕ ਗਿਆ ਪਲੇਟਫਾਰਮ ਤੇ ਪਟੜੀ ਤੇ ਡਿੱਗ ਗਏ ਇੰਨੇ ਵਿੱਚ ਯਾਤਰੀ ਰੇਲ ਗੱਡੀ ਆ ਗਈ ਤੇ ਉਹਦੇ ਹਿਠਾ ਕੇ ਜਾਨ ਗਵਾ ਬੈਠੇ ਨਸ਼ਿਆਂ ਤੇ ਗੈਂਗਸਟਰ ਕਲਚਰ ਦਾ ਦਾਗ ਪੰਜਾਬ ਦੇ ਵਿੱਚ ਤਾਂ ਪੰਜਾਬੀਆਂ ਤੇ ਲੱਗਿਆ ਹੀ ਹੋਇਆ ਹੁਣ ਕੈਨੇਡਾ ਦੇ ਵਿੱਚ ਵੀ ਵੱਡੇ ਪੱਧਰ ਤੇ ਲੱਗਿਆ ਇਹ ਤਾਜ਼ਾ ਮਾਮਲਾ ਵੈਨਕੂਵਰ ਤੋਂ ਸਾਹਮਣੇ ਆਇਆ ਜਿੱਥੇ ਨਸ਼ੇ ਦੇ ਮਾਮਲੇ 'ਚ ਇੱਕ ਪੰਜਾਬੀ ਪੂਲ ਦੇ ਗੈਂਗਸਟਰ ਵਿਸ਼ਾਲ ਵਾਲੀਆ ਦਾ ਗੈਂਗਵਾਰ ਦੇ ਵਿੱਚ ਕਤਲ ਕਰ ਦਿੱਤਾ ਗਿਆ ਹੈ ਐਨਾ ਹੀ ਨਹੀਂ ਕਤਲ ਕਰਨ ਵਾਲੇ ਦੂਸਰੇ ਗੈਂਗ ਨੇ ਮੌਕੇ ਤੋਂ ਸਬੂਤ ਵੀ ਮਿਟਾ ਦਿੱਤੇ ਵਿਸ਼ਾਲ ਵਾਲੀਆ ਵੈਨਕੂਵਰ ਦੇ ਯੂਸੀਬੀ ਕਲੱਬ ਦੀ ਪਾਰਕਿੰਗ ਦੇ ਵਿੱਚ ਸੀ ਅਚਾਨਕ ਉਸਤੇ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ ਮੌਤ ਹੋ ਗਈ ਹਮਲਾਵਰਾਂ ਨੇ ਸਬੂਤ ਮਿਟਾਉਣ ਦੇ ਲਈ ਜਿਹੜੀ ਕਾਰ ਦੀ ਵਰਤੋਂ ਕੀਤੀ ਸੀ ਉਹਨੂੰ ਅੱਗ ਲਾ ਕੇ ਦੂਜੀ ਤੇ ਫਰਾਰ ਹੋ ਗਏ ਮਾਮਲੇ ਦੀ ਜਾਂਚ ਆਰਸੀਐਮਪੀ ਅਤੇ ਹੋਰ ਜਾਂਚ ਏਜੰਸੀਆਂ ਕਰ ਰਹੀਆਂ ਨੇ ਵਿਸ਼ਾਲ ਵਾਲੀਆ ਨਾਂ ਦੀ ਕੈਨੇਡਾ ਦੇ ਲੋਅਰ ਮੇਨਲੈਂਡ ਦੇ ਵੱਡੇ ਗੈਂਗ ਦੇ ਨਾਲ ਕਾਫੀ ਸਾਂਝੇਦਾਰੀ ਸੀ ਇਹਨਾਂ ਵਿੱਚੋਂ ਪੀਟਰ ਆਦੀਵਾਲ ਸਭ ਤੋਂ ਵੱਡਾ ਨਾਮ ਸੀ ਉਸ ਨੂੰ 2009 ਦੇ ਵਿੱਚ 20 ਗੋਲੀਆਂ ਮਾਰੀਆਂ ਗਈਆਂ ਸੀ ਕੈਨੇਡਾ ਪੁਲਿਸ ਨੇ ਕੁਝ ਮਹੀਨੇ ਪਹਿਲਾਂ ਗੈਂਗਸਟਰਾਂ ਦੀ ਇੱਕ ਲਿਸਟ ਵੀ ਜਾਰੀ ਕੀਤੀ ਸੀ ਹਿੱਟ ਲਿਸਟ ਦੇ ਵਿੱਚ ਜ਼ਿਆਦਾਤਰ ਗੈਂਗਸਟਰ ਪੰਜਾਬੀ ਸਨ ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਅਤੇ ਪੂਰੀ ਦੁਨੀਆ ਤੋਂ ਦੱਸਦਿਆਂ ਹਿਮਾਚਲ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਵਧਦੀਆਂ ਜਾ ਰਹੀਆਂ ਨੇ ਚੋਣ ਕਮਿਸ਼ਨ ਦੇ ਵੱਲੋਂ ਚੋਣਾਂ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਹੁਣ ਪਾਰਟੀਆਂ ਆਪੋ ਆਪਣੇ ਉਮੀਦ ਐਲਾਨ ਰਿਆਂ ਨੇ ਭਾਜਪਾ ਨੇ ਬਾਟ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਮੁੱਖ ਮੰਤਰੀ ਜੈਰਾਮ ਠਾਕਰ ਮੋੜ ਸਿਰਾਜ ਵਿਧਾਨ ਸਭਾ ਹਲਕੇ ਤੋਂ ਚੋਣ ਲੜਨਗੇ ਸਾਬਕਾ ਕੇਂਦਰੀ ਮੰਤਰੀ ਸੁਖਰਾਮ ਦੇ ਪੁੱਤਰ ਅਨਿਲ ਸ਼ਰਮਾ ਨੂੰ ਭਾਜਪਾ ਦੇ ਮੰਡੀ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਇਸ ਤੋਂ ਪਹਿਲਾਂ ਕਾਂਗਰਸ ਨੇ ਵੀ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਹਾਲੇ ਸੂਚੀ ਜਾਰੀ ਨਹੀਂ ਕੀਤੀ ਗਈ ਹੈ ਦਿੱਲੀ ਹਾਈ ਕੋਰਟ ਨੇ ਕੇਂਦਰ ਦੀ ਅਗਨੀਪਥ ਯੋਜਨਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 18 ਨਵੰਬਰ ਨੂੰ ਸੁਣਵਾਈ ਦੇ ਲਈ ਸੂਚੀਬੱਧ ਕੀਤੀਆਂ ਨੇ ਉੱਤਰੀ ਗੁਜਰਾਤ ਦੇ ਦੀਸਾ ਦੇ ਵਿੱਚ ਭਾਰਤ ਪਾਕਿਸਤਾਨ ਫੌਜੀ ਹਵਾਈ ਅੱਡੇ ਦਾ ਨੀਂਹ ਪੱਥਰ ਰੱਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਦੇ ਪ੍ਰਭਾਵਸ਼ਾਲੀ ਕੇਂਦਰ ਵੱਜੋਂ ਉੱਭਰੇਗਾ ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਦੇ ਵਿੱਚ ਡਿਫੈਂਸ ਐਕਸਪੋ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਰੱਖਿਆ ਬਾਲ 101 ਵਸਤੂਆਂ ਦੀ ਸੂਚੀ ਜਾਰੀ ਕਰਨਗੇ ਜਿਨ੍ਹਾਂ ਦੇ ਆਯਾਤ ਤੇ ਪਾਬੰਦੀ ਹੋਏਗੀ ਉਹਨਾਂ ਨੇ ਕਿਹਾ ਕਿ ਇਹਦੇ ਨਾਲ ਹੀ ਰੱਖਿਆ ਖੇਤਰ ਦੇ 411 ਸਾਜੋ ਸਮਾਨ ਅਜੇਹੇ ਹੋਣਗੇ ਜੋ ਭਾਰਤ ਵਿੱਚ ਹੀ ਬਣਾਏ ਜਾਣਗੇ ਪੁਲਜ਼ਰ ਪੁਰਸਕਾਰ ਵਿਜੇਤਾ ਤੇ ਕਸ਼ਮੀਰੀ ਫੋਟੋ ਜਰਨਲਿਸਟ ਸਨਾ ਇਰਸ਼ਾਦ ਮੱਟੂ ਨੇ ਕਿਹਾ ਕਿ ਉਹਨਾਂ ਨੂੰ ਇੱਕ ਵਾਰ ਵਿਦੇਸ਼ ਜਾਣ ਤੋਂ ਰੋਕਿਆ ਗਿਆ ਹੈ ਸਿਲਸਿਲੇਵਾਰ ਕੀਤੇ ਗਏ ਟਵੀਟਸ ਦੇ ਵਿੱਚ ਸਨਾ ਇਰਸ਼ਾਦ ਨੇ ਦਾਵਾ ਕੀਤਾ ਹੈ ਕਿ ਉਹ ਆਪਣਾ ਪੋਲਿਸਰ ਪੁਰਸਕਾਰ ਲੈਣ ਦੇ ਲਈ ਨਿਊਯਾਰਕ ਜਾ ਰਹੀ ਸੀ ਪਰ ਉਸ ਨੂੰ ਦਿੱਲੀ ਹਵਾਈ ਅੱਡੇ ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਰੋਕ ਦਿੱਤਾ ਮੱਟੂ ਨੇ ਕਿਹਾ ਕਿ ਅਮਰੀਕਾ ਦਾ ਵੈਲਿਡ ਵੀਜ਼ਾ ਮੇਰੇ ਕੋਲੇ ਹੈ ਟਿਕਟ ਸੀ ਬਾਵਜੂਦ ਇਸ ਦੇ ਮੈਨੂੰ ਰੋਕਿਆ ਗਿਆ ਹੈ ਸਨਾ ਇਰਸ਼ਾਦ ਸ਼੍ਰੀਨਗਰ ਦੀ ਰਹਿਣ ਵਾਲੀ ਹੈ ਉਸ ਨੇ ਦੱਖਣੀ ਕਸ਼ਮੀਰ ਦੇ ਅਨੰਤਨਾਗ ਦੇ ਵਿੱਚ ਜਾ ਕੇ ਫੋਟੋਗ੍ਰਾਫੀ ਕੀਤੀ ਸੀ ਅਤੇ ਸਨਾ ਇਰਸ਼ਾਦ 2018 ਤੋਂ ਹੀ ਜੰਮੂ ਕਸ਼ਮੀਰ ਦੇ ਵਿੱਚ ਇੰਡੀਪੈਂਡੈਂਟ ਫੋਟੋਗ੍ਰਾਫੀ ਕਰ ਰਹੀ ਹੈ ਔਰ ਇਸਾ ਤੋਂ ਖਬਰ ਹੈ ਤੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਆਪਣੇ ਜਨਮ ਦਿਨ ਤੋਂ ਪਹਿਲਾਂ ਅਤੇ ਦਿਵਾਲੀ ਤੋਂ ਪਹਿਲਾਂ ਸੂਬੇ ਦੇ ਵਿੱਚ ਠੇਕਾ ਪ੍ਰਣਾਲੀ ਖਤਮ ਕਰਨ ਦਾ ਐਲਾਨ ਕੀਤਾ ਹੈ ਲੋਕਾਂ ਨੂੰ ਦਿਵਾਲੀ ਦਾ ਵੱਡਾ ਤੋਹਫਾ ਦਿੰਦਿਆਂ ਸਰਕਾਰ ਨੇ 57000 ਤੋਂ ਵੱਧ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਐਲਾਨ ਵੀ ਕੀਤਾ ਹੈ ਕਿਹਾ ਕਿ ਹੁਣ ਸੂਬੇ ਦੇ ਵਿੱਚ ਕੋਈ ਵੀ ਠੇਕੇ ਤੇ ਕੰਮ ਨਹੀਂ ਕਰੇਗਾ ਸਾਰੇ ਠੇਕੇ ਵਾਲੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਰੈਗੂਲਰ ਕੀਤਾ ਜਾਊਗਾ ਪੱਕਾ ਕੀਤਾ ਜਾਊਗਾ ਸੰਯੁਕਤ ਰਾਸ਼ਟਰ ਦੇ ਸਖਤਰ ਜਨਰਲ ਐਂਟੇਨੀਓ ਗੁਟੇਰੇਸ ਨੇ ਮੁੰਬਈ ਦੇ ਤਾਜ ਮਹਿਲ ਪੈਲਸ ਹੋਟਲ ਦੇ ਵਿੱਚ 26 11 ਦੇ ਅਤਵਾਦੀ ਹਮਲੇ ਦੇ ਵਿੱਚ ਜਾਨ ਗਵਾਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਭਾਰਤ ਦੇ 3 ਦਿਨਾਂ ਦੌਰੇ ਤੇ ਆਏ ਗੁਟੇਰਸ ਦੇ ਨਾਲ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਅਤੇ ਉਪ ਮੁੱਖ ਮੰਤਰੀ ਦਿਵਿੰਦਰ ਫਣਵੀ ਸਵੀ ਸਾਨ ਗੁਟੇਰਸ ਨੇ ਹੋਟਲ ਦੇ ਵਿੱਚ 26 11 ਹਮਲੇ ਦੀ ਯਾਦਗਾਰ ਤੇ ਫੁੱਲ ਚੜਾਏ ਜਨਵਰੀ ਚ ਆਪਣਾ ਦੂਸਰਾ ਕਾਰਜਕਾਲ ਸ਼ੁਰੂ ਕਰਨ ਤੋਂ ਬਾਅਦ ਇਹ ਉਹਨਾਂ ਦੀ ਪਹਿਲੀ ਭਾਰਤ ਯਾਤਰਾ ਹੈ ਇਸ ਤੋਂ ਪਹਿਲਾਂ ਆਪਣੇ ਪਿਛਲੇ ਕਾਰਜਕਾਲ ਦੌਰਾਨ ਅਕਤੂਬਰ 2018 ਦੇ ਵਿੱਚ ਵੀ ਉਹ ਭਾਰਤ ਦਾ ਦੌਰਾ ਕਰ ਚੁੱਕੇ ਨੇ ਗੁਟੇਰਸ ਬੁੱਧਵਾਰ ਅੱਧੀ ਰਾਤ ਤੋਂ ਬਾਅਦ ਮੁੰਬਈ ਪਹੁੰਚੇ ਯੂਕਰੇਨ ਤੇ ਰੂਸ ਯੁੱਧ ਕਰ ਲਈਏ ਤਾਂ ਰੂਸ ਨੇ ਆਖਰਕਾਰ ਮੰਨਿਆ ਹੈ ਕਿ ਖੇਰਸਨ ਦੇ ਵਿੱਚ ਹਾਲਾਤ ਬੇਹੱਦ ਮੁਸ਼ਕਿਲ ਹੋਏ ਨੇ ਯੂਕਰੇਨ ਦੇ ਵਿੱਚ ਰੂਸੀ ਸੁਰੱਖਿਆ ਬਲਾਂ ਦੇ ਕਮਾਂਡਰ ਨੇ ਕਿਹਾ ਕਿ ਦੇਸ਼ ਦੇ ਦੱਖਣੀ ਸ਼ਹਿਰ ਖੇਰਸਨ ਦੇ ਵਿੱਚ ਸਥਿਤ ਮੁਸ਼ਕਿਲ ਬਣੀ ਹੋਈ ਹੈ ਉੱਥੋਂ ਲੋਕਾਂ ਨੂੰ ਕੱਢਣਾ ਪਵੇਗਾ ਜਨਰਲ ਸਰਗੇਈ ਨੇ ਕਿਹਾ ਕਿ ਯੂਕਰੇਨੀ ਫੌਜੀ ਹਿਮਾਰ ਰਾਕਟ ਦਾ ਇਸਤੇਮਾਲ ਕਰ ਰਹੇ ਨੇ ਜਿਸ ਨਾਲ ਸ਼ਹਿਰ ਦੇ ਬੁਨਿਆਦੀ ਢਾਂਚੇ ਅਤੇ ਮਕਾਨ ਜਿਹੜੇ ਉਹ ਖਤਮ ਹੋ ਰਹੇ ਨੇ ਉਹਨਾਂ ਨੇ ਰੂਸ ਦੇ ਸਰਕਾਰੀ ਟੀਵੀ ਚੈਨਲ ਦੇ ਨਾਲ ਗੱਲਬਾਤ ਦੇ ਵਿੱਚ ਇਹ ਦਾਵਾ ਕੀਤਾ ਅਤੇ ਕਿਹਾ ਕਿ ਰੂਸੀ ਫੌਜ ਉਥੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢੇਗੀ ਦਰਅਸਲ ਖੇਰਸਨ ਯੂਕਰੇਨ ਦੇ ਉਹਨਾਂ ਵੱਡੇ ਸ਼ਹਿਰਾਂ ਦੇ ਵਿੱਚੋਂ ਇੱਕ ਹੈ ਜਿਸਤੇ ਇਸੇ ਸਾਲ ਫਰਵਰੀ ਦੇ ਵਿੱਚ ਹਮਲੇ ਤੋਂ ਬਾਅਦ ਰੂਸ ਨੇ ਕਬਜ਼ਾ ਕਰ ਲਿਆ ਸੀ ਤੇ ਲੰਘੇ ਕੁਝ ਹਫ਼ਤਿਆਂ ਤੋਂ ਇਸ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਯੂਕਰੇਨ ਦੀਆਂ ਫੌਜਾਂ ਤੇਜ਼ੀ ਦੇ ਨਾਲ ਆਪਣਾ ਕੰਟਰੋਲ ਵਾਪਸ ਲੈਣ ਦੇ ਵਿੱਚ ਜੁਟੀਆਂ ਹੋਈਆਂ ਨੇ ਸਾਊਦੀ ਅਰਬ ਤੋਂ ਖਬਰ ਹੈ ਜਿੱਥੇ ਅਦਾਲਤ ਨੇ ਅਮਰੀਕੀ ਨਾਗਰਿਕ ਸਾਦ ਇਬਰਾਹਿਮ ਅਲਮਾਦੀ ਨੂੰ ਉਹਨਾਂ ਦੇ ਟਵੀਟ ਤੇ ਲਈ 16 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ ਬੜੀ ਹੈਰਾਨੀ ਦੀ ਗੱਲ ਹੈ ਕਿ ਇੱਕ ਕੀਤੇ ਜਾਣ ਤੇ 16 ਸਾਲ ਦੀ ਕੈਦ ਸੁਣਾਈ ਹੈ ਇਬਰਾਹਿਮ ਦੇ ਪੁੱਤ ਨੇ ਬੀਬੀਸੀ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ ਅਮਰੀਕਾ ਤੇ 사ウਦੀ ਅਰਬ ਦੀ ਦੋਹਰੀ ਨਾਗਰਿਕਤਾ ਹਾਸਲ ਕਰਨ ਵਾਲੇ ਅਲਮਾਦੀ ਨੂੰ ਲੰਘੇ ਸਾਲ ਨਵੰਬਰ ਮਹੀਨੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਹ ਆਪਣੇ ਪਰਿਵਾਰ ਨੂੰ ਮਿਲਣ ਦੇ ਲਈ ਫਲੋਰੀਡਾ ਤੋਂ ਰਿਆਦ ਗਿਆ ਸੀ अलमादी ਦੇ ਪੁੱਤਰ ਨੇ ਪਹਿਲੀ ਵਾਰੀ ਇਸ ਨੂੰ ਲੈ ਕੇ মিডিਆ ਸਾਹਮਣੇ ਗੱਲ ਕਹੀ ਹੈ ਜਦਕਿ ਅਮਰੀਕਾ ਨੇ ਉਹਨਾਂ ਨੂੰ ਅਜਹਿਨਾ ਕਰਨ ਦੀ ਸਲਾਹ ਦਿੱਤੀ ਸੀ। अलमादी ਦੇ ਪੁੱਤਰ ਇਬਰਾਹਿਮ ਨੇ ਕਿਹਾ ਕਿ ਉਹ ਆਪਣੇ ਪਿਤਾ ਨੂੰ ਜੇਲ੍ਹ ਵਿੱਚ ਮਰਦੇ ਹੋਏ ਨਹੀਂ ਦੇਖਣਾ ਚਾਹੁੰਦੇ। ਇਬਰਾਹਿਮ ਨੇ ਇਹ ਵੀ ਦਾਅਵਾ ਕੀਤਾ ਕਿ ਗ੍ਰਿਫਤਾਰੀ ਤੋਂ ਬਾਅਦ ਹੀ ਉਹਨਾਂ ਦੇ ਪਿਤਾ ਨੂੰ ਸਾਊਦੀ ਅਧਿਕਾਰੀਆਂ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ, ਟਾਰਚਰ ਕੀਤਾ ਜਾ ਰਿਹਾ ਹੈ। ਤੇ ਬੜੀ ਹੈਰਾਨੀ ਦੀ ਗੱਲ ਹੈ ਜਦੋਂ ਇਬਰਾਹਿਮ ਨੇ ਦੱਸਿਆ ਕਿ ਦੋਸ਼ਾਂ ਨੂੰ ਸਾਬਿਤ ਕਰਨ ਦੇ ਲਈ ਅਦਾਲਤ ਦੇ ਵਿੱਚ ਸਿਰਫ 14 ਟਵੀਟ ਹੀ ਸਬੂਤ ਵਜੋਂ ਪੇਸ਼ ਕੀਤੇ ਗਏ। BBC ਨੇ ਇਹਨਾਂ ਟਵੀਟ ਸਰੂ ਦੇਖਿਆ ਹੈ ਤੇ ਸਾਰੇ ਟਵੀਟ ਜੇਦਾ ਤੇ ਮੱਕਾ ਦੇ ਵਿੱਚ ਪੁਰਾਣੇ ਢਾਂਚਿਆਂ ਨੂੰ ਢਾਉਣ ਗਰੀਬੀ ਤੇ ਚਿੰਤਾ ਜ਼ਾਹਿਰ ਕਰਨ ਅਤੇ ਸੌਦੀ ਦੇ ਪੱਤਰਕਾਰ ਜਮਾਲ ਖ਼ ਅਸ਼ੋਕ ਜੀ ਦੀ ਕਤਲ ਦੇ ਨਾਲ ਜੁੜੇ ਹੋਏ ਸਨ ਚੀਨ ਨੇ ਪਾਕਿਸਤਾਨ ਸਥਿਤ ਲਸ਼ਕਰੇ ਤੋਇਬਾ ਦੇ ਅਤਵਾਦੀ ਸ਼ਾਹਿਦ ਮਹਿਮੂਦ ਨੂੰ ਕਮਾਂਤਰੀ ਅਤਵਾਦੀ ਵਜੋਂ ਸੂਚੀਬੱਧ ਕਰਨ ਦੇ ਭਾਰਤ ਅਤੇ ਅਮਰੀਕਾ ਦੇ ਪ੍ਰਸਤਾਵ ਨੂੰ ਰੋਕ ਦਿੱਤਾ ਹੈ ਚੀਨ ਨੇ 4 ਮਹੀਨਿਆਂ ਦੇ ਵਿੱਚ ਚੌਥੀ ਵਾਰੀ ਕਿਸੇ ਵੀ دہشتਗਰਦ ਨੂੰ ਪਾਬੰਦੀਸ਼ੁਦਾ ਸੂਚੀ ਵਿੱਚ ਪਾਉਣ ਦੀ ਵਿਸ਼ਵ ਸੰਸਥਾ ਦੀ ਕੋਸ਼ਿਸ਼ ਨੂੰ ਰੋਕਿਆ ਹੈ ਕਿਹਾ ਜਾਂਦਾ ਹੈ ਕਿ ਚੀਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ 1267 ਅ ਮੇਟੀ ਤਹਿਤ ਮਹਿਮੂਦ ਨੂੰ ਕਮਾਂਤਰੀਤਵਾਦੀ ਵਜੋਂ ਨਾਮਜ਼ਦ ਕਰਨ ਦੇ ਭਾਰਤ ਅਤੇ ਅਮਰੀਕਾ ਦੇ ਪ੍ਰਸਤਾਵ ਨੂੰ ਰੋਕਿਆ ਹੈ ਹੁਣ ਗੱਲ ਕਰਦੇ ਹਾਂ ਉਸ ਖਿਡਾਰਨ ਦੀ ਜਿਸ ਪਰ ਇੱਕ ਦਿਨ ਪਹਿਲਾਂ ਇਹ ਖਬਰ ਮਿਲੀ ਸੀ ਕਿ ਈਰਾਨ ਦੀ ਖਿਡਾਰਨ ਕਿੱਥੇ ਲਾਪਤਾ ਹੋ ਗਈ ਹੈ ਕਿੱਥੇ ਗਾਇਬ ਹੋ ਗਈ ਹੈ ਕਿਉਂਕਿ ਉਸਨੇ ਹਿਜਾਬ ਤੋਂ ਬਿਨਾ ਖੇਡ ਪ੍ਰਤੀਯੋਗਤਾ ਖੇੜੀ ਸੀ ਹਿਜਾਬ ਤੋਂ ਬਿਨਾ ਏਸ਼ੀਅਨ ਕਲਾਈਮਬਿੰਗ ਪ੍ਰਤੀਯੋਗਤਾ ਦੇ ਵਿੱਚ ਹਿੱਸਾ ਲੈਣ ਵਾਲੀ ਈਰਾਨ ਦੀ ਮਹਿਲਾ ਐਥਲੀਟ ਐਲਨਾਜ਼ ਰੇਕਾਬੀ ਹਵਾਈ ਅੱਡੇ ਤੇ ਲੋਕਾਂ ਦੇ ਜ਼ੋਰਦਾਰ ਸਵਾਗਤ ਦਰਮਿਆਨ ਆਪਣੇ ਘਰੇ ਪਹੁੰਚ ਗਈ ਹੈ ਈਰਾਨ ਪਹੁੰਚ ਗਈ ਹੈ 33 ਸਾਲ ਦੀ ਐਲਨਾਜ਼ ਰੇਕ ਨੇ ਪਹਿਰਾਵੇ ਦੇ ਨਾਲ ਜੁੜੇ ਈਰਾਨ ਦੇ ਸਖਤ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਬਿਨਾ ਹਿਜਾਬ ਦੱਖਣੀ ਕੋਰੀਆ ਵਿੱਚ ਹੋਈ ਕਲਾਈਮਬਿੰਗ ਪ੍ਰਤੀਯੋਗਤਾ ਦੇ ਵਿੱਚ ਹਿੱਸਾ ਲਿਆ ਸੀ ਹਾਲਾਂਕਿ ਬਾਅਦ ਵਿੱਚ ਰਿਕਾਬੀ ਨੇ ਕਿਹਾ ਕਿ ਉਸ ਦਾ ਹਿਜਾਬ ਗਲਤੀ ਨਾਲ ਡਿੱਗ ਗਿਆ ਸੀ ਪਰ ਉਸ ਦੀ ਸਵੈ ਤੇ ਉਸ ਇਸ ਸਪਸ਼ਟੀਕਰਨ ਦੇ ਉੱਤੇ ਕਈ ਲੋਕਾਂ ਨੇ ਸਵਾਲ ਵੀ ਉਠਾਏ ਤੇ ਕਿਹਾ ਜਾ ਰਿਹਾ ਹੈ ਕਿ ਅਲਨਾਜ਼ ਰੇਕਾਬੀ ਨੇ ਦਬਾਅ ਚ ਆ ਕੇ ਇਹ ਬਿਆਨ ਦਿੱਤਾ ਹੈ ਅਲਨਾਜ਼ ਏਸ਼ੀਅਨ ਕਲਾਈਮਿੰਗ ਪ੍ਰਤੀਯੋਗਤਾ ਦੇ ਵਿੱਚ ਹਿੱਸਾ ਲੈਣ ਲਈ ਦੱਖਣੀ ਕੋਰੀਆ ਦੇ ਰਾਸ਼ਤਾਨੀ ਸੋਲ ਦੇ ਵਿੱਚ ਸੀ ਪ੍ਰਤੀਯੋਗਤਾ ਦਾ ਜਿਹੜਾ ਆਯੋਜਨ ਹੈ ਉਹ 16 ਅਕਤੂਬਰ ਨੂੰ ਹੋਇਆ ਸੀ ਉਸ ਤੋਂ ਬਾਅਦ ਨਾਲ ਦੇ ਸਾਥੀ ਖਿਡਾਰੀਆਂ ਨੂੰ ਵੀ ਪਤਾ ਨਹੀਂ ਲੱਗ ਰਿਹਾ ਸੀ ਕਿ ਅਲਨਾਜ਼ ਕਿੱਥੇ ਹੈ ਰੇਕਾਬੀ ਬੁੱਧਵਾਰ ਨੂੰ ਹਵਾਈ ਅੱਡੇ ਤੇ ਪਹੁੰਚੀ ਜਿੱਥੇ ਉਹਨਾਂ ਦਾ ਪਰਿਵਾਰ ਇੰਤਜ਼ਾਰ ਕਰ ਰਿਹਾ ਸੀ ਤੇ ਰੇਕਾਬੀ ਦਾ ਸਵਾਗਤ ਫੁੱਲਾਂ ਦੇ ਨਾਲ ਆਲਕੀਤਾਗੇ ਆ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੇ ਨੇ ਸੈਂਕੜੇ ਸਮਰਥਕ ਅਲਨਾਜ਼ ਦੇ ਲਈ ਤਾੜੀਆਂ ਵਜਾਉਂਦੇ ਅਤੇ ਅਲਨਾਜ਼ ਨਾਇਕਾ ਹੈ ਵਰਗੇ ਨਾਰੇ ਲਾਉਂਦੇ ਸੁਣੇ ਜਾ ਸਕਦੇ ਨੇ ਵੱਡੀ ਖਬਰ ਮਿਆਂਮਾਰ ਤੋਂ ਹੈ ਜਿੱਥੇ ਇੱਕ ਵੱਡੀ ਜੇਲ੍ਹ ਦੇ ਵਿੱਚ ਇਨਸੇਨ ਜੇਲ੍ਹ ਦੇ ਵਿੱਚ ਬੰਬ ਧਮਾਕਾ ਹੋਇਆ ਹੈ ਵੱਡਾ ਜਿਹੜਾ ਵਿਸਫੋਟ ਇੱਥੇ ਹੋਇਆ ਘੱਟੋ-ਘੱਟ 8 ਲੋਕਾਂ ਦੀ ਮੌਤ ਦੀ ਜਾਣਕਾਰੀ ਮਿਲੀ ਹੈ ਸਥਾਨਕ ਲੋਕਾਂ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਜੇਲ੍ਹ ਦੇ ਐਂਟਰੀ ਗੇਟ ਤੇ ਦੋ ਪਾਰਸਲ ਬੰਬਾਂ ਦੇ ਵਿੱਚ ਵਿਸਫੋਟ ਹੋਇਆ ਜਿਸ ਵਿੱਚ ਜਿਸ ਦੇ ਵਿੱਚ ਤਿੰਨ ਜੇਲ੍ਹ ਕਰਮਚਾਰੀ ਅਤੇ ਪੰਜ ਜਿਹੜੇ ਵਿਜ਼ਿਟਰ ਨੇ ਉਹ ਮਾਰੇ ਗਏ ਇੰਸੇਨ ਜੇਲ੍ਹ ਦੇਸ਼ ਦੀ ਸਭ ਤੋਂ ਵੱਡੀ ਜੇਲ੍ਹ ਹੈ ਜਿਸ ਵਿੱਚ ਕਰੀਬ 10000 ਕੈਦੀ ਬੰਦ ਨੇ ਜਿਲ੍ਹੇ ਦੇ ਵਿੱਚ ਕਈ ਸਿਆਸੀ ਕੈਦੀ ਵੀ ਬੰਦ ਨੇ ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਤੁਸੀਂ ਸਾਰੇ ਆਪਣਾ ਧਿਆਨ ਰੱਖਿਓ ਲੋੜਵੰਦਾਂ ਦੀ ਮਦਦ ਕਰਦੇ ਰਿਹਾ ਕਰੋ ਅਫਵਾਹਾਂ ਤੋਂ ਬਚ ਕੇ ਰਹਿਆ ਕਰੋ ਸਵੇਰ ਦੀਆਂ ਖਬਰਾਂ shared ਮਿਲਾਂਗੇ ਧੰਨਵਾਦ